ਕੁਰੀ ਨੂੰ ਬਾਜ ਮਾਰਦੀਆਂ ਕੁਰੀ ਕੁਰੀ ਬੇਬੇ ਨੂੰ ਕੋਸੋੜਾ ਕਦੀ ਪਾ ਨਹੀਂ ਆਇਂ ਜਾ ਕਰੀ ਜਾਂਦੀ ਐ ਠੇ ਬਾਬਾ ਆ ਲੀ ਇੱਕ ਦਾ ਟਾਈਮ ਉਸ ਤੋਂ ਦੀ ਹੋੜਿਆਗਾ ਬਕਸ਼ ਵੀ ਸਾਨੂੰ ਜੇ ਪਿੰਦੇ ਬੇਬੇ ਕੋ ਦੇਖੀ ਹਾਲੀ ਕਦੇ ਕੁਛ ਖਾਲਿਆ ਕਦੇ ਕੁਛ ਖਾਲਿਆ ਉੱਪਰ ਤੱਕ ਦਾ ਬੇਬੇ ਪਰ ਘਿਸਾ ਕਿਥੋਂ ਆਵੇ ਲਲੀਆਂ ਬਣ ਪਾਤੀਆਂ ਮਿੱਠਾ ਲਲੀਆਂ ਸਾਰਾ ਦਿਨ ਇਹੀ ਕੰਜਰ ਖਾਣਾ ਮੁਕਦਾ ਮੇਰਾ ਤਾਂ ਮੈਂ ਤਾਂ ਸੁਣਦੇ ਤੂੰ ਬਿਮਾਰ ਹੋ ਰਹੀਆ ਬਿਮਾਰ ਤਾਂ ਹੋ ਰਹੀਆ ਤਿੰਨ ਚਾਰ ਦਿਨ ਹੋ ਗਏ ਬਿਮਾਰ ਹੋਈ ਨੂੰ ਤਾਂ ਕੋਈ ਡਾਕਟਰ ਨੂੰ ਚੁੱਕਾ ਲੇਤੇ ਬਸੇ ਰਿਹਾ ਰਿਪੋਰਟਾ ਕਰਾਲੀਆਂ ਆ ਜਾ ਓਰੇ ਬੈਠੇ ਜਾਨੇ ਮੈਥੋਂ ਖੜਿਆ ਨਹੀਂ ਜਾਂਦਾ ਬਾਲਾ ਚਰ ਹੋਰ ਖੜਿਆ ਤਾਂ ਜਾਂਦੀ ਨਹੀਂ ਹੁਣ ਤੂੰ ਦੱਸ ਕਿਧਰੋਂ ਆਈ ਐ ਬਸ ਮੈਂ ਤਾਂ ਹੀ ਕੂੜਾ ਜੱਗ ਲੈ ਕੇ ਆਈ ਥੀ ਮੁੱਠੀ ਕੋ ਅੱਛਾ ਮਾ ਨਾਲ ਤੇਰਾ ਪਤਾ ਲੈ ਜੀ ਜਾਂਦੀ ਹੋਈ ਵੀ ਕਿਵੇਂ ਐ ਤੂੰ ਮੈਨੂੰ ਤਾਂ ਕਿੰਨੇ ਦਿਨ ਹੋ ਗਏ ਬਿਮਾਰ ਹੋਈ ਨੂੰ ਟਾਈਫਾਇਡ ਵਿਗੜ ਰਿਹਾ ਹਾਂ ਅਬ ਦੇਖੰਦੇ ਨੇ ਸੈੱਲ ਕੱਟ ਗਿਆ ਹੁਣ ਇਹ ਕੀ ਪਤਾ ਲੱਗਦਾ ਸਰੀਰ ਚ ਕੀ ਰੋਗ ਨੇ ਪਰ ਕਹਿੰਦਾ ਕੀ ਵੀ ਕੁੂ ਵੀ ਖਾ ਲਿਆ ਕਰ ਸਿੱਲਾਂ ਤੋਂ ਤਾਂ ਕਹਿੰਦੇ ਵਧੀਆ ਹੁੰਦੀ ਆ ਕੀ ਵੀ ਨਹੀਂ ਬਸੇਰੇ ਖਾਰੇ ਕੀ ਵੀ ਹਾਜਮ ਨਹੀਂ ਆਉਂਦਾ ਕੋਸਾ ਹਾਜਮ ਤਾਂ ਭਣੇ ਫਿਰ ਉਮਰ ਦੇ ਸਾਰੇ ਆਉਂਦਾ ਜਿਹੀ ਜੀ ਉਮਰ ਹੋਈ ਜਾਂਦੀ ਉਹਨਾਂ ਕਾਜਮਾ ਹੋਈ ਜਾਂਦਾ ਹੋਰ ਪੁੱਛ ਨਾ ਕਿਹੜੇ ਨੇ ਤੂੰ ਕਿੱਧਰੋਂ ਆਈ ਐ ਮੈਂ ਤਾਂ ਬਸ ਅਹੀਂ ਮਾਨ ਵਾਲੇ ਤਾਂ ਪੂੜਾ ਜਿਹਾ ਸਿੱਟੇ ਆਉਂਗੀ ਨਾਲੇ ਮਾੜਾ ਜਿਹਾ ਭੈਣ ਦਾ ਪਤਾ ਲਹਿਉਂਗੀ ਹੋਰ ਕੀ ਨਹੀਂ ਲੈ ਕੇ ਗੱਲ ਸੁਣੀ ਐ ਕੀ ਕੁੜੇ ਯੋ ਬਾਗਾਂ ਚ ਬਗੜ ਵਾਲੇ ਮੁੰਡੇ ਨੇ ਕਹਿੰਦੇ ਆਪਰੇ ਆ ਵਿਆਹ ਕਰਾ ਲਿਆ ਸੱਚੀ ਹਾਂ ਬਗਲ ਵਾਲਾਂ ਦੇ ਨੇ ਦੇਖ ਲੈ ਕੀ ਸ਼ਰਮ ਲਾਈਏ ਲੋਕ ਹੁਣ ਤਾਂ ਬਣੇ ਰਿਵਾਜ ਹੋ ਗਿਆ ਪਤਾ ਨਹੀਂ ਕੀ ਬਣ ਰਿਹਾ ਹੁਣ ਤਾਂ ਇੰਨਾ ਰਿਵਾਜ ਹੋ ਰਿਹਾ ਆਪ ਹੀ ਐ ਪਤਾ ਲੱਗਦਾ ਵੀ ਨੂੰਹ ਬਾਰਚ ਆ ਗਈ ਪਹਿਲਾਂ ਇਹ ਗੱਲਾਂ ਗਈਆਂ ਤੇ ਲੱਛਣ ਕਰਦੇ ਨੇ ਕਿਸੇ ਨੂੰ ਪੁੱਛਦੇ ਹੀ ਨਹੀਂ ਨਾ ਮਾਮਾ ਜਮੀਨ ਹੀ ਪੁੱਛਦੇ ਮਾਮਾ ਤਾਂ ਹੁਣ ਜਮੀਨ ਹੀ ਪੁੱਛਦੇ ਐ ਪਤਾ ਲੱਗਦਾ ਵੀ ਬਸ ਪੜਦੀ ਤੇ ਪੜਦੀ ਤੇ ਵਿਆਹ ਹੋ ਗਿਆ ਮਿੰਟ 'ਚ ਬਾਰਚ ਲਿਆ ਕੇ ਖੜਾ ਆਂਦੇ ਦੱਸ ਮਾਪੇ ਬੜੇ ਖੂਚ ਲੱਗਾ ਬਸ ਹੁਣ ਤਾਂ ਚੁੱਪਚਾਪ ਫਾਇਦਾ ਹੋ ਰਿਹਾ ਭਣੇ ਚੁੱਪ ਜੀ ਫਾਇਦਾ ਜਦ ਕਿਸੇ ਨ ਸਿਆਣੇ ਦੀ ਸੁਣਨੀ ਨਹੀਂ ਕਰਨੀ ਚੁੱਪ ਜੀ ਫਾਇਦਾ ਕੌਣ ਤਾਂ ਜਵਾਕ ਸਿਆਣੇ ਨੇ ਮਾਪਿਓ ਘਰੇ ਸਿਆਣੇ ਨੇ ਹੁਣ ਕਿਹੜਾ ਵੇਲਾ ਹੋ ਗਿਆ ਮੈਨੂੰ ਤਾਂ ਬਾੜਿਆਂ ਚਾਈ ਨੂੰ ਫੇਰ ਤੂੰ ਹੁਣ ਘਰੇ ਵਗ ਜਿੰਦੀ ਰਾਮਦਾਰੀ ਕਰ ਲੈਂਦੀ ਹੁਣ ਆ ਕਹਿ ਦਿੰਦੀ ਘਰ ਬਹੂ ਨੂੰ ਵੀ ਤੂੰ ਕਰ ਲੈ ਪਾਤੀਆਂ ਪੱਲਿਆਂ ਦਾ ਨਹੀਂ ਕੀ ਕਰਾਂ ਮੈਨੂੰ ਤੈਨੂੰ ਪਤਾ ਹੀ ਆ ਫੇਰ ਵੀ ਇੰਨਾ ਇੰਨਾ ਨੂੰ ਅੱਜ ਕੱਲ੍ਹ ਦੇ ਜਵਾਨ ਨੇ ਕਿੱਥੇ ਪਤਾ ਫੇਰ ਵੀ ਆਪਦੇ ਬਿਨਾ ਕਾਨੂੰ ਡੰਗ ਲੈਂਦਾ ਪਹਣੇ ਬਹੋਰਾ ਆਪ ਨੂੰ ਦੱਤ ਮਾਰਨਾ ਪੈਂਦਾ ਫੇਰ ਵੀ ਵਿੱਚ ਨਹੀਂ ਭਣ ਅੱਜ ਦੇ ਜਵਾਨਾਂ ਤੋਂ ਤੈਨੂੰ ਪਤਾ ਹੀ ਹੈ ਕਿਹੜਾ ਕਿਸ ਦੀ ਰੇ ਨਾਲ ਚੱਲਦਾ ਸਾਰੇ ਕਿਤੇ ਦੇਖਿਆ ਚੋਗਨੀਆ ਤੋਂ ਬਿਨਾ ਹੋਰ ਕੀ ਕੰਮ ਨਹੀਂ ਕੋਈ ਡਰਦਾ ਹੈਗਾ ਜਮਾ ਹੁਣ ਤਾਂ ਮਨਮਰਜ਼ੀ ਚੱਲਦੀ ਆ ਮਾਂ ਤੂਰੇ ਬੈਠੀ ਮੈਂ ਤੈਨੂੰ ਸਾਰੇ ਕਿਤੇ ਦੇਖਿਆ ਹਰ ਕਿਤੇ ਭਾਲਿਆ ਉਰੇ ਆ ਕੇ ਬਹਿ ਗਈ ਕੀ ਹੋ ਗਿਆ ਵੀ ਜੋ 2 ਮਿੰਟ ਬੈਗੀ ਫੜ ਰੋਟੀ ਫੜਾ ਦੇ ਅੱਗੇ ਲੈ ਦੇਖ ਲੈ ਈਸੀ ਲੱਗਿਆ ਤੈਨੂੰ ਫੜਾਦਾ ਰੋਟੀ ਚੱਕ ਕੇ ਖਾ ਲੰਦਾ ਤੂੰ ਚੱਕ ਫਿਰ ਤੂੰ ਫੜਾ ਦੇ ਮਾਂ ਦੱਸ ਕਿ ਜੇ ਤੂੰ ਫੜਾ ਦੇਂਗੀ ਨਾ ਤੂੰ ਦੱਸ ਕਰਾਂ ਦੇ ਭਾਲਿਆ ਤੇ ਥੋੜਾ ਟਿੰਨ ਚੱਕ ਕੇ ਖਾਦੀ ਗਈ ਨਾ ਦੇਖ ਲੈ ਓਰੇ ਤੂੰ ਸਾਨੂੰ ਚੁਗਲੀਆਂ ਦਵੇਂ ਨਾ ਸਾਨੂੰ ਵੀ ਤੂੰ ਵੀ ਚੁਗਲੀਆਂ ਕਰਨਾ ਨਹੀਂ ਮਾਂ ਉਰੇ ਜੇ ਮੈਂ ਰੋਟੀ ਫੜਾ ਦੇ ਕੀ ਹੋ ਜਾਊਗਾ ਮੈਨੂੰ ਤਾਂ ਐ ਲੱਗਿਆ ਪਿਆ ਬੰਦਿਆ ਨੂੰ ਤਾਂ ਆਇ ਲੱਗਦਾ ਜਿੱਥੇ ਦੋ ਤਿੰਨ ਬੈ ਬੈਣੋ ਚੁਗਲੀਆਂ ਕਰਦੀਆਂ ਨੇ ਅਸੀਂ ਜੁਗਨਾ ਕਿਛ ਦਿਨ ਨਹੀਂ ਕਰਦੀਆਂ ਐਂ ਕਹਿੰਦੇ ਸੀ ਵੇ ਉਹ ਬਗੜ ਵਾਲਾ ਨੇ ਮੁੰਡੇ ਨੇ ਨਾ ਵਿਆਹ ਕਰਾ ਲਿਆ ਉਹ ਘਰੇ ਲੈ ਆਇਆ ਤੇ ਚੁਗਲੀਆਂ ਤਾਂ ਹੋਰ ਕੀ ਆ ਤੁਸੀਂ ਦੱਸੋ ਹੁਣ ਕੀ ਮਤਾ ਪਾਸ ਕਰਿਆ ਤੇ ਲੈ ਅਸੀਂ ਮਤਾ ਪਾਸ ਕਰਨ ਜੱਜ ਲੱਗੇ ਹੋਇਆ ਗੱਲਾਂ ਦੁਨੀਆ ਕਰਦੀਆਂ ਗੱਲਾਂ ਸੀ ਕਰ ਲੱਗ ਰਿਆਂ ਉਹ ਚੰਗਾ ਮਾੜਾ ਕੁਛ ਵੀ ਕਿਹੀ ਹੋਊਗਾ ਕੋਈ ਮਤਾ ਪਾਸ ਕਰੀ ਹੋਊਗਾ ਸੋਨੇ ਚੰਗਾ ਹੀ ਆ ਜਿਹੜਾ ਉਹਨੇ ਕਰ ਲਿਆ ਉਹ ਕੀ ਮਾੜਾ ਹੈ ਜਿਹੜਾ ਮਾਪੇ ਦੇ ਉੱਤੋਂ ਦੀ ਕੰਮ ਕਰਦੇ ਨੇ ਉਹ ਚੰਗਾ ਹੀ ਹੁੰਦਾ ਮਾੜਾ ਨਹੀਂ ਹੁੰਦਾ ਮਤਾ ਪਾਸ ਹੀ ਐ ਕਣਕ ਲਹਾ ਲੰਦਾ ਤੇਰੇ ਵਰਗੇ ਤੋਂ ਅਗਲੇ ਜੇ ਵਿੱਚ ਬੋਲਦਾ ਵੀ ਤੂੰ ਆ ਪੁੱਠਾ ਸਿੱਧਾ ਨਾ ਕੰਮ ਕਰ ਹਾਂ ਆ ਖੜਾ ਢੀਸੀ ਬਣਿਆ ਪਾ ਕੇ ਪਾਟੀ ਪ੍ਰਾਣੀਆਂ ਪੈਂਟਾਂ ਸਰਾਂ ਦੇ ਬਾੜਿਆਂ ਚ ਤੱਕ ਵੀ ਮੰਗਰਾ ਗਿਆ ਉਹ ਫੇ ਰੋਟੀ ਵੀ ਫੜਾ ਕੇ ਆ ਸਕਦੇ ਆ ਮਾਂ ਮੈਨੂੰ ਮੈਂ ਤਾਂ ਵਿਆਹ ਕਰਕੇ ਪੜਾਂ ਕਰ ਇਹ ਸੀ ਆਪਾਂ ਲੱਗਿਆ ਰਹਿੰਦਾ ਪਰ ਮੈਂ ਤਾਂ ਦਿਨ ਰਾਤ ਦਾ ਔਖਾ ਹੋਇਆ ਪਿਆ ਆ ਰੋਟੀ ਫੜਾ ਕੇ ਆ ਕੇ ਜਿੱਦਾਂ ਤੂੰ ਸਮਡਉਆ ਕਰਦਾ ਮੈਂ ਤਾਂ ਤੈਨੂੰ ਮੁਰਕ ਕੇ ਭਲਾਉਂਦੀ ਵੀ ਨਹੀਂ ਹੈਗੀ ਭਲੇਗ ਦੇ ਜਾਣੀ ਨਾ ਕਰ ਲੈ ਉਹੀ ਗੱਲ ਲੈ ਕੇ ਛੱਡ ਪਰਾਂ ਕਿ ਬਕਾਈ ਕਰੇਗੀ ਮੇਰੇ ਤਾਂ ਚਾਹ ਦਾ ਟਾਈਮ ਹੋ ਗਿਆ ਗੈਰਾਂ ਵਾਲੀ ਚਾਹ ਪੀ ਆਵਾ ਨਾਲ ਇਹ ਨੇਹ ਟਲ ਜੂਗਾ ਕਿਸੇ ਪਾਸ ਫੇਰ ਗੱਲਾਂ ਕਰਾਂਗੇ ਜਾ ਕੇ ਇਹ ਕਿਹੜਾ ਹੁਣ ਤੇ ਮੰਗ ਰੇ ਫਿਰੂ ਕਾਹਦੇ ਮੈਂ ਪਹਿਲਾਂ ਚਾਹ ਪੀਆ ਮੱਕੋ ਟੈਨ ਨੂੰ ਇਹ ਵਗ ਜੂ ਕਿਧਰ ਉੱਜੜ ਜੂਗਾ ਦਾ ਕਾਂਟਾ ਲਾਂ ਦੀਆ ਰੋਟੀ ਨੂੰ ਉੱਥੇ ਬਹਿ ਨੀ ਕ ਮਾਂ ਨੀ ਕ ਮਾਂ ਹਾਂਜੀ ਲੈ ਰੋਟੀ ਲੈ ਕੇ ਆ ਰਾਂ ਉੱਥੇ ਖੜ ਗਈ ਜਾ ਕੇ 1 ਮਿੰਟ ਆ ਗਈ ਬਸ ਲੈ ਆ ਲੈ ਆ ਲੈ ਟੋ ਰਿਆਂ ਤੁਸੀਂ ਵੀ ਨਾ ਬਹੁਤ ਕਾਲ ਕਰਦੇ ਹੋਗੇ ਉਹ ਕਾਲ ਖੇਤ ਜਾਣਾ ਕੰਮ ਹੈ ਨਾਲੇ ਗੱਲ ਸੁਣੋ ਹਾਂ ਅੱਜ ਖੀਰ ਬਣਾਈ ਆ ਕਿਕਰ ਵਾਲੇ ਬਾਬੇ ਦੀ ਖੇਤ ਜਾ ਕੇ ਮੱਥਾ ਟੇਕ ਕੇ ਆਏ ਹੋ ਤੁਸੀਂ ਕਿਕਰ ਵਾਲੇ ਬਾਬੇ ਦੀ ਚਲ ਮੈਂ ਫਿਰ ਚੱਕ ਲਵੇ ਖੀਰ ਮੈਨੂੰ ਕੱਲੀ ਰੋਟੀ ਲੈ ਕੇ ਦੇ ਦੀ ਨਹੀਂ ਜੀ ਤੁਸੀਂ ਕਿੱਦਾਂ ਦੀ ਗੱਲਾਂ ਕਰਦੇ ਹੋ ਐਦਾਂ ਥੋੜੋ ਆ ਪਹਿਲਾਂ ਖੇਤ ਜਾਓ ਮੱਥਾ ਟੇਕ ਕੇ ਆਓ ਐਦਾਂ ਲੱਗਦੀ ਨਹੀਂ ਹੁੰਦੀਗੀ ਉਹ ਲੱਗਣ ਨੂੰ ਕੀ ਆ ਉਹ ਆਪਦੇ ਜਵਾਖਾਂ ਨੂੰ ਬਾਬੇ ਸਾਰਾ ਕੁਝ ਦਿੰਦੇ ਨੇ ਖਾਣ ਨੂੰ ਵੀ ਦੋਹੀ ਦਿੰਦੇ ਨੇ ਜਾਂ ਪਾਲਿਆ ਭਾਜਾ ਭਾਂਡੇ ਚ ਨਹੀਂ ਨਹੀਂ ਜੀ ਤੁਸੀਂ ਵੀ ਨਾ ਜਿੱਦ ਕਰਨ ਲੱਗੇ ਪਹਿਲਾਂ ਮੱਥਾ ਟੇਕ ਕੇ ਆਓ ਖੇਤ ਇਹ ਤੂੰ ਤਾਂ ਸਹੀ ਗੱਲ ਆਏ ਕੇਰਾ ਕਾ ਇਹ ਤਾਂ ਸਮਝਦੀ ਨਹੀਂ ਹੈਗੀ ਪਹਿਲਾਂ ਐਂ ਦੱਸ ਮੈਨੂੰ ਬਾਬਾ ਸਾਰੀ ਖੀਰ ਖਾ ਜਾਊਗਾ ਓਏ ਅੜੀ ਕਰਕੇ ਖੜ ਜਾਨੀ ਆ ਤੂੰ ਓਹੋ ਤੁਸੀਂ ਸੁਣਦੇ ਕਿਉਂ ਨਹੀਂ ਹੈਗੇ ਪਹਿਲਾਂ ਜਾ ਕੇ ਕਿਕਰ ਵਾਲੇ ਬਾਬੇ ਦੇ ਮੱਥਾ ਟੇਕ ਕੇ ਆਇਓ ਫੇਰ ਖਾ ਲਿਓ ਕਹਿੰਦੇ ਜੇ ਪਹਿਲਾਂ ਖੀਰ ਖਾ ਲਈ ਫੇਰ ਲੱਗਦੀ ਨਹੀਂ ਹੁੰਦੀਗੀ ਨਹੀਂ ਚਲ ਠੀਕ ਹੈ ਤੂੰ ਸਾੜੀ ਕਰਕੇ ਖੜ ਜਾਨੀ ਆ ਪਤਾ ਨਹੀਂ ਤੁਹਾਨੂੰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਸੀਂ ਕਿਹੜਾ ਸੁਣਦੇ ਹੋਗੇ ਤੁਹਾਨੂੰ ਇੱਕ ਵਾਰ ਤਾਂ ਕਹਿ ਦਿੱਤਾਗਾ ਹਮ ਦੱਸ ਪਹਿਲਾਂ ਕੀ ਹੋ ਜੂ ਖਾਣ ਵਾਸਤੇ ਬਣਾਈ ਹੋਣੀ ਮਤ ਸਾਰੇ ਨਿਬੜ ਗਏ ਹੁਣ ਉਹਨਾਂ ਨੂੰ ਅਖੀਰ ਫੜਾ ਦਾਂ ਵੀ ਜਾ ਕੇ ਬਾਬੇ ਦੇ ਮੱਥਾ ਟੇਕਿਓ ਹਾਂਜੀ ਸੁਣਦੇ ਹੋ ਪਤਾ ਨਹੀਂ ਕਿੱਧਰ ਚੱਲ ਗਏ ਆ ਖੀਰ ਲੈ ਜਾਓ ਕਿਕਰ ਵਾਲੇ ਬਾਬੇ ਦੇ ਮੱਥਾ ਟੇਕਿਓ ਲੈ ਪਤਾ ਨਹੀਂ ਕਿੱਧਰ ਚੱਲ ਗਏ ਨੇਗੇ ਉਪਰੋ ਦੁਪਹਿਰਾ ਹੋ ਗਿਆ ਸਸ ਪਤਾ ਨਹੀਂ ਫੋਨ ਕਰਕੇ ਦੇਖਦੀ ਆਂਗੀ ਲੈ ਆ ਬੰਨੀ ਕੀ ਫੜਫੜ ਜਿਹ ਕਰੀ ਜਾਂਦੀ ਐ ਨਹੀਂ ਕੰਮੋ ਕਮੋ ਹਾਂ ਬੇਬੇ ਆ ਕੀ ਬੁੜਬੁੜ ਜੇ ਕਰੀ ਜਾਂਦੀ ਆ ਕੀ ਗੱਲ ਐ ਪੂਰੀਆ ਗੱਲ ਸੁਣ ਮੇਰੀ ਹਾਂ ਬੇਬੇ ਆਈ ਹਾਂ ਬੇਬੇ ਕੀ ਕਹਿੰਦੀ ਸੀ ਮੈਂ ਕੀ ਗਾਣਾ ਪੀ ਉਹਰੇ ਬੈਠਾ ਕਿਵੇਂ ਬੋਲਦੀ ਐ ਫਿਰ ਇਹਨੇ ਕੱਲੀਓ ਕੀ ਬੇਬੇ ਕੁਛ ਨਹੀਂ ਮੈਂ ਤਾਂ ਉਹਨਾਂ ਨੂੰ ਦੇਖਦੀ ਸੀ ਗੁਰੀ ਨੂੰ ਹੁਣ ਦੇ ਇੱਥੇ ਰੋਟੀ ਖਾਂਦੇ ਸੀ ਮੈਂ ਕਿਹਾ ਸੀ ਕਿਕਰ ਵਾਲੇ ਬਾਬੇ ਦੇ ਮੱਥਾ ਟੇਕ ਕੇ ਆਇਓ ਪਤਾ ਹੀ ਨਹੀਂ ਕਿੱਧਰ ਚੱਲ ਗਏ ਨੇਗੇ ਲੈ ਦੇਖ ਲੈ ਇਹਨੇ ਤਾਂ ਡੱਕ ਜੌਂ ਕੇ ਨਹੀਂ ਕਰਤੀ ਪੂਰੀਆ ਹੁੰਦੀਆਂ ਹੁੰਦੀਆਂ ਨਾਲੇ ਮੈਂ ਐਨੇ ਪ੍ਰੇਮ ਨਾਲ ਤੜਕੀ ਖੀਰ ਬਣਾਈ ਆ ਮੈਂ 6:00 ਸਵੇਹਾ ਮੱਥਾ ਢੇਕੋਗਾ ਇਕਰ ਵਾਲੇ ਬਾਬੇ ਜੀ ਤਾਂ 12 ਵਜੇ ਤੋਂ ਪਹਿਲਾਂ ਮੱਥਾ ਢੇਕਦਾ ਹੁੰਦਾ ਹੈ ਹੈ ਇਦੋਂ ਮੰਗ ਰੋ ਕਿਹੜੇ ਵੇਲੇ ਜਾਊਗਾ ਮੱਥਾ ਢੇਕਣ ਹੋ ਮੈਂ ਕਿਹਾ ਸੀ ਬੇਬੇ ਰੋਟੀ ਖਾਂਦਿਆਂ ਨੂੰ ਵੀ ਮੱਥਾ ਟੇਕਿਓ ਮੈਂ ਹੁਣ ਆਵਾਜ਼ਾਂ ਮਾਰੀ ਇਹਨੇ ਮੈਂ ਫੋਨ ਵੀ ਲਾਇਆ ਫੋਨ ਵੀ ਘਰੇ ਛੱਡ ਗਏ ਘਰੇ ਬਿੱਲਾਂ ਵੱਜੀ ਜਾਂਦੀਆਂ ਨੇਗੀਆਂ ਉਹਦਾ ਕਿਹੜਾ ਕਿਤੇ ਟਿਕਾਣਾ ਹੈ ਖਬਰ ਇੱਥੇ ਹੁਣ ਦਿਸਦਾ ਉੱਥੇ ਕਾਲੂ ਦਿਸੂ ਉਹਦਾ ਨਹੀਂ ਪਤਾ ਲੱੜਦਾ ਤੂੰ ਕਹਿ ਦੇਣਾ ਸੀ ਨਾ ਬੇਬੇ ਮੇਰੀ ਤਾਂ ਬਿਲਕੁਲ ਵੀ ਨਹੀਂ ਸੁਣਦੇ ਹੈਗੇ ਜੀ ਮੈਨੂੰ ਕਿ ਪਤਾ ਸੀ ਵੀ ਸਿਆਣਾ ਬੈਣਾ ਹੋਂਟੈ ਨੂੰ ਸਾਰੇ ਘਰਵਾਰ ਦਾ ਪਤਾ ਹੈ ਵੀ ਆਪਕੇ ਟਾਈਮ 'ਤੇ ਮੱਥਾ ਠੀਕ ਹੈਊਗਾ ਮੈਨੂੰ ਕਿ ਪਤਾ ਦੀ ਵੀ ਆਈ ਨਿਕਲ ਜੂ ਚੁੱਪ ਕਰਕੇ ਉਹ ਉਲਟਾ ਮੈਨੂੰ ਕਹਿੰਦੇ ਤੂੰ ਤਾਂ ਇਦਾਂ ਹੀ ਬੋਲੀ ਜਾਨੀਂ ਨਾ ਮੈਨੂੰ ਵੀ ਇਹ ਸੁਣਾ ਕੇ ਗਏ ਨੇ ਕਿ ਪਤਾ ਨਹੀਂ ਹੁਣ ਕਿੱਧਰ ਨਿਕਲ ਗਏ ਉਹ ਤਾਂ ਹੁਣ ਆਪਦੀ ਟਾਈਮ 'ਤੇ ਆਊ ਜਦੋਂ ਆਇਆ ਹੁਣ ਫਿਰ ਬੇਬੇ ਚੱਲ ਦੇਖਦੇ ਹਾਂ ਹੁਣ ਪੰਜ ਸੱਤ ਮਿੰਟ ਡੀਕ ਲੈਣੇ ਆ ਤੂੰ ਕਹ ਮਤ ਬੇਬੇ ਮੇਰਾ ਸਾਰਾ ਨਿਬੜ ਗਿਆ ਤੂੰ ਨਾਲੀ ਸੀਗੀ ਹਾਂ ਨਾਲੀ ਤੇ ਮੈਂ ਤੜਕੀ ਓਕੇ ਮੇਰਾ ਵੀ ਸਾਰਾ ਕੰਮ ਰੁੱਬੜ ਗਿਆ ਦੇ ਆਏ ਕਰਦੇ ਆ ਕਿ ਫਿਰ ਸੁਣਦੇ ਨਹੀਂ ਹੁੰਦੇ ਕਿਸੇ ਦੀ ਨਹੀਂ ਸੱਚ ਸਾਈਕਲ ਵੀ ਨਹੀਂ ਨਮੰਦਾ ਕਰੀ ਤੇ ਖੇਤਾਂ ਨਹੀਂ ਉੱਜੜ ਗਏ ਬੇਨਾ ਦਾ ਸਹੀ ਲੈ ਬੇਬੇ ਜੀ ਫਿਰ ਖੇਤ ਹੀ ਜਾਣਾ ਸੀ ਮੈਂ ਕਿਹਾ ਸੀ ਵੀ ਮੱਥਾ ਟੇਕ ਕੇ ਆਇਓ ਕਿ ਘਰ ਵਾਲੇ ਬਾਬੇ ਦੇ ਫਿਰ ਖੀਰ ਵੀ ਲੈ ਜਾਂਦੇ ਹਰ ਉਹਨੂੰ ਮਤ ਕਿਹੜਾ ਦੇਵੀ ਤੂੰ ਦੋ ਕੰਮ ਕਰੀ ਇੱਕ ਕੰਮ ਕਰਦਾ ਕਰਦਾ ਮੈਨੂੰ ਕੀ ਪਤਾ ਬੇਬੇ ਇਹ ਨਹੀਂ ਪਤਾ ਆਪਣੇ ਦੋਸਤਾਨਾ ਚੱਲ ਗਏ ਹੁਣ ਜੇ ਸਾਈਕਲ ਹੈ ਨਹੀਂ ਵੀ ਖੇਤ ਗਏ ਹੋਣਗੇ ਚਲ ਆਪੇ ਆ ਜੂਗਾ ਹੋਰ ਕੀ ਬਾਹ ਫਿਰ ਹੂੰ ਚਲ ਕੋਈ ਨਵੇਂ ਬੇ ਕੰਮ ਤਾਂ ਮੇਰੇ ਸਾਰੇ ਨਿਬੜ ਗਏ ਮੈਂ ਹੁਣ ਕੱਪੜੇ ਤੈਅ ਕਰ ਲਾਂ ਚਲ ਕਰ ਲਾ ਦੇਖਦੇ ਆ ਕੀ ਬੰਦ ਆ ਚਲ ਫਿਰ ਮੈਂ ਕੱਪੜੇ ਤੈਅ ਕਰਦੀ ਆ ਬੇ ਪਤਾ ਪੰਗਾ ਖਾਨਾ ਅੜਕੀ ਬੜਬੜ ਕਰਨ ਲੱਗ ਜਾਣਗੀਆਂ ਆ ਹੋ ਗਿਆ ਸਾਈਕਲ ਚ ਪੰਚਰ ਲੱਤਾਂ ਤੋਂ ਹੁਣ ਲੱਗ ਗਈਆਂ ਆਉਦੇ ਦੀਆਂ ਖੇਤ ਕਿਹੜਾ ਨੇੜੇ ਆ 3 ਕਿਲੋਮੀਟਰ ਤੇ ਖੇਤ ਪਏ ਸਤਿ ਜੀ ਤੁੰਡਾ ਲਗ ਰਿਹਾ ਕਰਨੇ ਦਾ। ਓਹੋ। ਨੀ ਬੇਬੇ। ਹਾਂ। ਸੌਗੀ। ਸੌਗੀ। ਤੈਨੂੰ ਡੀਕ ਡੂਕੇ। ਐਂ ਦੱਸ ਤੂੰ ਕਿੱਧਰ ਨਿਕਲਿਆ ਦੀਗਾ? ਤੈਨੂੰ ਆਈ ਨਹੀਂ ਪਤਾ ਮੱਥਾ ਢੇਕਣਾ ਅੱਜ। ਓਹੋ ਮੱਥਾ ਢੇਕਣਾ ਨੀ ਬੇਬੇ ਮੱਥਾ ਭੁੱਲ ਗਿਆ। ਤਰਕੇ ਅਜ ਖੀਰ ਬਣਾਈ ਪਈ ਐ। ਕਿੱਧਰ ਨਿਕਲਿਆ ਤੈਨੂੰ? ਓ ਨਿਕਲਣਾ ਕਿੱਧਰ ਦੀ ਬੇਬੇ ਭਲਾ ਮੈਂ। ਮੈਂ ਖੇਤ ਗਿਆ ਦੀਗਾ। ਕਿਹਦੇ ਰੇਵੋਨ ਵਾਲਾ ਵੈਦੀ ਕੰਮ ਕਰਨ ਵਾਲੇ ਪੈਦੇ ਕੇ ਦੋ ਤਿੰਨ ਫੇ ਦੱਸ ਕੇ ਉਜੜ ਜਾਂਦਾ ਉਹ ਦੱਸ ਕੇ ਤਾਂ ਗਿਆ ਕੰਮ ਨੂੰ ਮੈਂ ਮੈਂ ਰੋਟੀ ਖਾ ਕੇ ਤਾਂ ਗਿਆ ਬਸ ਮੈਂ ਭੁੱਲ ਗਿਆ ਉਹਨੇ ਤਾਂ ਮੈਨੂੰ ਕਿਹਾ ਸੀਗਾ ਕਹਿੰਦੀ ਬਾਬੇ ਦੇ ਕਿਕਰ ਵਾਲੇ ਦੇ ਮੱਥਾ ਦੇਖਣਾ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਫੇਰ ਐ ਨજર ਕਿਵੇਂ ਲਾਇਆ ਖੇਤ ਮੈਂ ਕਹਿੰਦੀ ਐ ਨજર ਕਿਵੇਂ ਲਾਇਆ ਕੰਮ ਪਈ ਤੇ ਐ ਨજર ਤਾਂ ਲੱਗੂਗੀ ਉਹ ਨਮੇੜੇ ਪਹਲਾਂ ਦਾ ਆ ਖਸਮਾ ਪੈਂਚਰ ਹੋ ਗਿਆ 3 ਕਿਲੋਮੀਟਰ ਤੋਂ ਆਇਆ ਤੁਰ ਕੇ ਆ ਦੇਖ ਲੈ ਫੇਰ ਦਿਖਾ ਤਾ ਨਾ ਨਤੀਜਾ ਆਈ ਦਿਖਾਇਆ ਰਣਬਿੰਦ ਚ ਦਿਖਾਤਾ ਵੀ ਅਜ ਮੇਰਾ ਟਾਈਮ ਨਾ ਮੱਥਾ ਨਹੀਂ ਦੇਖਿਆ 12 ਘੇਟ ਹੀ ਬਿਜਾ ਲਈ ਲੈ ਲੈ ਸਭੀ ਬਾਪੇ ਨੇ ਪੈਂਚਰ ਕਰਤਾ ਚਾ ਹਾਂ ਹਾਂ ਕਰੂ ਨਹੀਂ ਓ ਹੋ ਹੋ ਬਾਪੇ ਨੇ ਪੈਂਚਰ ਕਰਤਾ ਗੱਲਾਂ ਦੇਖ ਤੂੰ ਦੇਖ ਲੈ ਬਾਪੇ ਨੇ ਪੈਂਚਰ ਕਰਤਾ ਤੂੰ ਨਹੀਂ ਮੰਦਾ ਕਿਸੇ ਗੱਲ ਨੂੰ ਹਾਂ ਤੂੰ ਤਾਂ ਆਪਦੀ ਅੜੀ ਪਗਾਉਣਾ ਪਹਿਲੇ ਦਿਨੋਂ ਓ ਫਿਰ ਹੁਣ ਬਾਬਾ ਭੱਜ ਗਿਆ ਉਥੋਂ ਬੈਠਾ ਦੋਤੀ ਹੋ ਗਿਆ ਕਿ ਕਰਦੀ ਹਾਂ ਉਹੀ ਹੋਰੇ ਪਾਸੇ ਗੱਲਾਂ ਕਰੀ ਜਾਊਗੀ ਮੈਂ ਮੇਰੀ ਗੱਲ ਸੁਣ ਲੈ ਬਾਬਿਆਂ ਨੂੰ ਮਾੜਾ ਨਹੀਂ ਬੋਲੀਦਾ ਹੁੰਦਾ ਤਾਂ ਹੀ ਤਾਂ ਇਹੋ ਜਿਹੀ ਬੈਠਾ ਹੈ ਜਗਦੇ ਕੋਈ ਜਵਾਕ ਨਹੀਂ ਹੋਂ ਤੱਕ ਹੋਇਆ अच्छा बीपा बन्ने रोग लार किया नहीं बी रोग लार की बैठा रहे जा जा ये मारा जंगा बोलता मम्मी इना ना बोलने दा कोई फायदा नहीं इने ने त इना इदा ही बोलना अपन चल आई का आपा ही चलदियां आपा जाया नहीं खेत आहो तुसी जांदी सोहने लागदे हो खेत से गिर द पहरे फिर रोंगे थे बट्टा दे ठक्के खांदियां नाले मेरी गल सुन तू कहनी जवाब खा ना बाबा कल्ली दे दूंगा जवाब ले लेओ बाबा कल्ले दी ले लो देखा दे दूंगा बाबा जवाब वे जो तेरी नीत नहीं सीधी तेनु ओछ नहीं मिलदा कुछ नहीं मिलदा हां पहला बाबा ने साइकिल पंचर करता ਹੁਣ ਬਾਬੇ ਨੇ ਜਵਾਖ ਦੀ ਵੀ ਰੋਕ ਬਾਬੇ ਨਹੀਂ ਲਾਰਕੀ ਐ ਹੂੰ ਪਹਿਲਾਂ ਮੈਨੂੰ ਐ ਤਾਂ ਦੱਸ ਦੋ ਦੋ ਜਣੀਆਂ ਮਾਂ ਕਰਤਾ ਪੈ ਜਣੀਆਂ ਹੋ ਮੈਂ ਖੇਤੋਂ ਆਇਆ ਪਹਿਲਾਂ ਉਥੇ ਕੰਮ ਕਰਿਆ ਫਿਰ 3 ਕਿਲੋਮੀਟਰ ਤੁਰ ਤੁਰ ਕੇ ਆਇਆ ਨਾਲ ਉਹਨੂੰ ਰੋੜ ਕੇ ਲੈ ਮੇਰੇ ਬਾਪੂ ਨੂੰ ਮੇਰੇ ਨੂੰ ਠੀਕ ਐ ਤੁਸੀਂ ਪਾਣੀ ਦਾ ਗਲਾਸ ਤਾਂ ਕੀ ਪੁੱਛਣਾ ਤੀ ਨਾ ਤਾਂ ਐ ਪੁੱਛਿਆ ਮਾਂ ਮੇਰੀ ਐ ਨਾ ਤਾਂ ਐ ਪੁੱਛਿਆ ਨਾ ਚਾਹ ਨਾ ਪਾਣੀ ਨਾ ਰੋਟੀ ਦਾ ਟੋਕਾ ਮਗਰੇ ਪਈਆ ਮੇਰੇ ਬਾਬੇ ਨੂੰ ਖੀਰ ਨਹੀਂ ਬਾਬੇ ਨੂੰ ਖੀਰ ਨਹੀਂ ਵੀ ਮਗਰ ਪਾਣੀ ਆ ਸਾਰੀ ਦੁਨੀਆ ਨੂੰ ਮੱਥਾ ਟੇਕਿਆ ਕਿ ਘਰ ਵਾਲੇ ਬਾਬੇ ਤੇ ਹੈ ਤੂੰ ਹੁਣ ਤੱਕ ਨਹੀਂ ਗਿਆ ਹੈਗਾ ਕੀ ਬੋਲੂਗਾ ਅਗਲਾ ਘਰੇ ਰੱਖ ਗਏ ਫੋਨ ਵੀ ਵੀ ਫੋਨ ਨਾਲ ਲਾ ਸਕਣ ਭੁੱਲ ਗਿਆ ਮੈਂ ਭੁੱਲ ਗਿਆ ਫੋਨ ਘਰੇ ਕਣੂ ਰੱਖ ਗਿਆ ਰੋਟੀ ਖਾ ਕੇ ਨਾਲ ਦੀ ਨਾਲ ਚੱਲ ਗਿਆ ਤੇ ਦੱਸ ਕੇ ਜਾਣ ਦਾ ਫਰਜ਼ ਨਹੀਂ ਸੀ ਮੰਮੀ ਨੂੰ ਕਹੀ ਇਹਨੇ ਦੱਸ ਕੇ ਗਿਆ ਮੈਂ ਉਹ ਤੈਨੂੰ ਕਿਹਾ ਨਹੀਂ ਮਾਮਾ ਕਿ ਰੋਟੀ ਲਿਆ ਦੋ ਛੇਤੀ ਮੈਂ ਖੇਤ ਜਾਣਾ ਖੇਤ ਜਾਣਾ ਮੈਨੂੰ ਅੱਜ ਜਾਂਦੇ ਹੋਏ ਕਹਿ ਕੇ ਗਏ ਵੀ ਮੈਂ ਖੇਤ ਜਾਣਾ ਹਾਂ ਦੰਦ ਗਏ। ਕਿ ਐਸੀ ਨਾ ਵਿਖੇਰ ਪਾਈ ਪਈ। ਤਾਹ ਨੂੰ ਬਾਈ ਇਹਦੇ ਮੱਥਾ ਰਾਮਾ ਚੱਲਾ ਪਾ ਚੰਗੇ। ਹਾਂ ਤੂੰ ਤੁਸੀਂ ਕਿਵੇਂ ਭਗਜੂ ਗਿਆ? ਮੈਂ ਭਗਜੂ ਆਪੀ ਮੱਥਾ ਦੇਖਣ। ਉਹੀ ਜਾਣੀ ਜਾਈਏ ਜਾਈਏ ਜਾਈਏ। ਤੁਸੀਂ ਉੱਥੇ ਗਾਹ ਬੱਟਾਂ ਦੇ ੱਟਕੇ ਖਾਂਦੇ ਸੋਹਣੇ ਲੱਗੋngੀਆਂ। ਹਾਂ ਅਸੀਂ ਜਾਈਏ। ਸੰਤੋ ਜਾਣੀ ਪਾ। ਬੰਦਿਆਂ ਨੂੰ ਰੋਲਾ ਪਾ ਕੇ। ਸੰਤੋ ਜਾਣੀ ਪੋ ਜ ਤੂੰ ਨਹੀਂ ਦਿਆ। ਹਾਂ। ਗਵਾਂਡੀ ਨੂੰ ਸਰੋਣ ਵਾਲੀ ਕਿਹ ਲੈ? ਖਾੁਰੂ ਦਾ ਤੁਸੀਂ ਪਾਰਖ। ਪਾਣੀ ਦਾ ਗਲਾਸ ੱਗੀਲਾ ਕੇ ਦੇਣਾ ਤੇ ਹੌਣ ਸਰ ਪੈ ਗਈਆਂ। ਮਤਲਬ ਇਹਨੂੰ ਪਾਣੀ ਦੇ ਦੇ ਜਦ ਮੱਥਾ ਡੀਗੂ ਦੇਖੀ ਜਾਉ। ਹਾਂ। ਆ ਪਰ ਹਾਂ ਗੱਲ ਸਹੀ ਐ ਉਹ ਟਾਈਮ ਕਿਉਂ ਬੋਲੀਏ ਨੀ ਅਜੂ ਮੈਂ ਕਿਹਾ ਨਾ ਆਪਾਂ ਚੱਲਦੇ ਆਂਗੇ ਤੈਨੂੰ ਕਾਇ ਤਾਂ ਤੂੰ ਬੈਠੇ ਨਹੀਂ ਆਉਂਦਾ ਤਿਤੋਂ ਆਪਾਂ ਚੱਲਦੇ ਆਂਗੇ ਸੋਨੂੰ ਤੈਨੂੰ ਜਿਆਦਾ ਆਹੋ ਲੱਗ ਰਹੀ ਅੱਗ ਲੱਗ ਰਹੀ ਐ ਪੈਰਾਂ ਥੱਲੇ ਤੇਰੇ ਮੈਂ ਚੀਲਾ ਰਖਿਆ ਬਾਕੀ ਇਤਨਾ ਜਾਵੀ ਨਾ ਜਾਣ ਦੇਵੀ ਓਏ ਜਾਨਾ ਮੇਰੀ ਮਾਂ ਜਾਨਾ ਤਾ ਪਾ ਕੇ ਲੈ ਨੀ ਖੀਰਾ ਬਾਬੇ ਦੀ ਤਾ ਪਾ ਲੈ ਜੋ ਜਨੀ ਰਾ ਦੇ ਤੂੰ ਵੀ ਲੈ ਦੇ ਆਥਾ ਕਦੇ ਤੇਰਾ ਪੰਨ ਰਹਿ ਜੇ ਬੇ ਤੜਕੇ ਮੇਰਾ ਥਨ ਵਾਲੇ ਬਣਾਈ ਐ ਤੂੰ ਹੀ ਟਾਈਮ ਤੇ ਉਜੜਿਆ ਖੜਿਆ ਉਜੜਿਆ ਖੜਿਆ ਕਦੇ ਕੁਛ ਕਹਿਣੀਏ ਕਦੇ ਕੁਛ ਕੋਈ ਨਾ ਪਾ ਲੈ ਉਹ ਖੀਰਾ ਦੇਖ ਕੱਲ ਅੱਜ ਕੀ ਕੁਝ ਆਇਆ ਖੀਰ ਚ ਖੀਰ ਤਾਂ ਐ ਬਣਾਉਣ ਗਿਆ ਜਿਉਂਦੇ ਜੀ ਨੂੰ ਪਾਣੀ ਨਹੀਂ ਪੁੱਛਦਿਆਂ ਕਿਕਰ ਵਾਲੇ ਬਾਬੇ ਨੂੰ ਖੀਰ ਆਲੇ ਬੰਦਾ ਖਾਪ ਕੇ ਐ ਮਰ ਕੇ ਇਹਨੂੰ ਪਾਣੀ ਦਾ ਗਲਾਸ ਤਾਂ ਦੇ ਦੋ ਪਹਿਲਾਂ ਬਾਬੇ ਨੂੰ ਦੇ ਦਈਏ ਖੀਰ ਬਾਬਾ ਜੀ ਉੱਥੇ ਭੁੱਖੇ ਬੈਠੇ ਐਨੇ ਦਿਨਾਂ ਦਾ ਇਹਨਾਂ ਦੀ ਖੀਰ ਨਾਲੇ ਰੱਜੂ ਬਾਬਾ ਖੀਰ ਤਾਂ ਬਹੁਤ ਸਵਾਦ ਬਣਾਉਂ ਗਏ ਨੇ ਮਾਂ ਦੀਆਂ ਧੀਆਂ ਹੀ ਤੇ ਬਾਬਾ ਦੇ ਮੱਥਾ ਟੇਕੜ ਜਾਣਾ ਨਾ ਖਾਜੂ ਆਦਾਂ ਪਾਲਿਆ ਕਿ ਰਕਮੋ ਛੇ ਛਤੀ ਖੀਰ ਦਾ ਟੇਸਟ ਪਹਿਲਾਂ ਮੈਂ ਦੇਖੂ ਬਾਬਾ ਦਾ ਬਾਅਦ ਚ ਦੇਖੂ ਨਹੀਂ ਪਾ ਲਿਆ ਹੁਣ ਰੁਕ ਜੋ ਹੁਣ ਕਿੰਨੀ ਕਾਲ ਕਰਦੇ ਨੇ ਪਹਿਲਾਂ ਸੁਣਦੇ ਨਹੀਂ ਕਿਸੇ ਦੀ ਕਾਲ ਕਰਦੇ ਨੇ ਵੱਡੀਆਂ ਗੱਸੇਵਾਦਾਰ ਨਹੀਂ ਹੈ ਨਹੀਂ ਲਿਆ ਹੁਣ ਹਾਂਜੀ ਆ ਲਓ ਲਿਆ ਖੜ ਜਾ ਖੜ ਜਾ ਕੀ ਗੱਲ ਹੋ ਰਹੀ ਹੈ ਫੜੀ ਰੋਲੂ ਹਾਂ ਏ ਬਾਬਾ ਖਾ ਲਈ ਇੱਕ ਤਾਂ ਟਾਈਮ ਉਤੋਂ ਦੀ ਹੋ ਰਿਹਾਗਾ ਬਕਸ ਦੀ ਸਾਨੂੰ ਕੋਈ ਨਾ ਬੇਬੇ ਤੂੰ ਹੀ ਬਣਾਈ ਸੀ ਖੀਰ ਚਾਹੇ ਮੈਂ ਬਣਾਈ ਹੋਤੀ ਪੈਮ ਤਾਂ ਮੇਰੇ ਅੰਦਰ ਹੀ ਐ ਉਹ ਖਾ ਲੂਗਾ ਸਾਰੀ ਖਾ ਲੂ ਬਾਬਾ ਡੋਲੂ ਜੀ ਨਹੀਂ ਮੁੜਦੀ ਤੇਰਾ ਖੀਰਾ ਚੱਲ ਜੋ ਤੁਸੀਂ ਹੁਣ ਕਿਉਂ ਬੋਲੀ ਜਾਨੇ ਹੋਗੇ ਉਹ ਮੈਂ ਕੀ ਬੋਲਣਾ ਐ ਇੱਕ ਤਾਂ ਸਿਕਰ ਦੁਪਹਿਰੇ ਹੁਣ ਕਦੇ ਮੱਥਾ ਠੇਕਿਆ ਫਿਰ ਚੜਕੇ ਧੱਕ ਡਰ ਗਿਆ ਸੀ ਇਹਦੇ ਮਰਦਾ ਦੀ ਕੰਮ ਕਰਦਾ ਸੀਗਾ ਗਿਆ ਕਿੱਥੇ ਦੀ ਲੈ ਜਾ ਲੈ ਜਾ ਚੰਗਾ ਲੈ ਜਾ ਲੈ ਜਾ ਹੁਣ ਦਸ ਘਾਤੇ ਜਾਵਾਂ ਇੱਕ ਤਾਂ ਮੇਰਾ ਬਾਪੂ ਆ ਪੈਂਚਰ ਹੋ ਗਿਆ ਦੋਸਤ ਤੋਂ ਲੈ ਜਾ ਕਿਸੇ ਤੋਂ ਉਹ ਲੈ ਕੇ ਜਾਊਂਗਾ ਮੈਨੂੰ ਐ ਦੀ ਮੈਂ ਘਰ ਜਾ ਕੇ ਘੰਟਾ ਆਰਾਮ ਕਰੂੰਗਾ ਕਦਾ ਟਿਕ ਦਿਉ ਨੀ ਘਰੇ ਖਾ ਲੋ ਘਰੇ ਵੀ ਦਾ ਬਾਬਾ ਹੈਗਾ ਕੋਈ ਚੱਲ ਚੱਲ ਜਾ ਚਾਓ ਜਾਓ ਜਾ ਤਾਂ ਪਤਾ ਨਹੀਂ ਕੀ ਹੋ ਰਿਹਾ ਇਹਨਾਂ ਨੂੰ ਕੀ ਨੇ ਕਿਵੇਂ ਲੱਗਿਆ ਬੋਲਣ ਕੰਮ ਕਰਨ ਵੇ ਤੇਨੂੰ ਮੌਤ ਪੈ ਜਾਂਦੀ ਐ ਐਨੀ ਵੀ ਤੜਕੀ ਨਹੀਂ ਮੇੜ ਰਾਂ ਜਿਹੜਾ ਤੜਕੀ ਵਾਲਾ ਕੰਮ ਐ ਬਾਰਾਂ ਦਾ ਵੱਜਣ ਗਈ ਚੱਲ ਬੇਬੇ ਛੱਡ ਬਹਿ ਜਾ ਹਣ ਕੋਈ ਸਾਰਾ ਦਿਨ ਬੜਬੜ ਕਰਤੀਆਂ ਫਿਰ ਜਾਨਗੀਆਂ ਪਤਾ ਨਹੀਂ ਕੀ ਹੋ ਰਿਹਾ ਲੱਖੇ ਓਏ ਹਾਂ ਭਾਈ ਕਿਧਰ ਜਾ ਰਹਾਂ ਤੂੰ ਮੈਂ ਥਾਈ ਤੇ ਜਾ ਕੇ ਆਣਾ ਭਾਈ ਤਾਂ ਸਕਟ ਕੇ ਆਣਾ ਉਹ ਤਾਂ ਸਕਟ ਕੇ ਆਣਾ ਸਾਰਾ ਦਿਨ ਬਹਿਲਾ ਤੁਰਿਆ ਫਿਰ ਜਾਨਾ ਆਖੇ ਚੱਲ ਗਈ ਆਪਾਂ ਕੀ ਕਰਕੇ ਆਣਾ ਕੀ ਐ ਚਾ ਉਹ ਕੰਮ ਐ ਦਾ ਬਾਬੇ ਦੇ ਮੱਥਾ ਤੇ ਕਿ ਆਮਾਂਗੇ ਆਪਾਂ ਅੱਛਾ ਚੱਲ ਬਈ ਮੋਠਾ ਸਾਂ ਵਾ ਸੇੜ ਲੈ ਤੇਰਾ ਸਾਲਾ ਬੋੜਾ ਲੈ ਕੇ ਗਿਆ ਆਇਆ ਜਾ ਉੱਥੋਂ ਉਹਨਾਂ ਦਾ ਲੈ ਲਾਂਗੇ ਇਹ ਕਾਲੀ ਕਾਲੇ ਲੈ ਲਾਂਗੇ ਉਹ ਤੋਂ ਮੈਂ ਫੜ ਲੂੰਗਾ ਚੱਲ ਆਜਾ ਲੈ ਦੇਖ ਲੈ ਇਹ ਨਹੀਂ ਲੱਖੇ ਬਿਨਾ ਸਾਂ ਲੈਂਦਾ ਜਿੱਧਰ ਜਾਊ ਉਧਰੇ ਲੱਖਾ ਨਾਲ ਆ ਲੱਗੇ ਮੱਥੇ ਹੁਣ ਨਹੀਂ ਕੰਮ ਬਣਦਾ ਬਸ ਮੈਂ ਤਾਂ ਨਾ ਐਨੇ ਚਾਹ ਨਾਲ ਖੀਰ ਬਣਾ ਕੇ ਦਿੱਤੀ ਸੀ ਮਾਹ ਮੈਨੂੰ ਬਾਬਾ ਪੋਤੇ ਦਾ ਮੂ ਸ਼ੈਟੀ ਦਿਖਾਊਗਾ ਪਰ ਜਦੋਂ ਇਹ ਮੱਥੇ ਲੱਗ ਜੇ ਕੋਈ ਕੰਮ ਨਹੀਂ ਬਣਦਾ ਇਹਨੂੰ ਇਹਦੇ ਬਿਨਾ ਸਾਂ ਨਹੀਂ ਹੁੰਦਾ ਕੱਲਾ ਤਾਂ ਇਹ ਤੁਰ ਕੇ ਰਾਜੀ ਹੋਣੀ ਜਿੱਥੇ ਜਾਵੇ ਲੱਖਾ ਰਾਲ ਹੋਵੇ ਉਗੜਾ ਮੰਨਦਾ ਤੈਨੂੰ ਕਹਿਆ ਪਹਿਲਾਂ ਬਾਬੇ ਦੇ ਮੱਥਾ ਟੇਕ ਆਉਣਾ ਤੂੰ ਦੱਸ ਕਹਿੰਦਾ ਪਹਿਲਾਂ ਖੇਤ ਜਾਉ ਉਹ ਫਿਰ ਖੇਤ ਦਾ ਵੀ ਕੰਮ ਵੀ ਕਰਨਾ ਖੇਤ ਦਾ ਕੰਮ ਨਿਬੜ ਜੇ ਖੇਤ ਦਾ ਬਾਤ ਚ ਕਰ ਲਈ ਪਹਿਲਾਂ ਅਬ ਹੁਣ ਮੁੜ ਆਵਾਂਗੇ ਬਾਬੇ ਦੇ ਜਾ ਕੇ ਯਾਰ ਮੈਨੂੰ ਵੀ ਕਿੰਨਾ ਕ ਟਾਈਮ ਲੱਗੂ ਪਹਿਲਾਂ ਅਸੀਂ ਮੈਨੂੰ ਦੀ ਪਤਾ ਹੁਣ ਕਿੰਨਾ ਟਾਈਮ ਲੱਗੂ ਕੀ ਕੰਮ ਐ ਤੇਰਾ ਪਸਾ ਮਾੜਾ ਮੋਟਾ ਇਹਨੂੰ ਮੱਕੀ ਤੇ ਸਪਰੇਇ ਜੀ ਮਾਰਨੀ ਆ ਥੋੜੀ ਜੀ ਤੇ ਤੇ ਸਪਰੇਇ ਕੀ ਜੇਤੀ ਬੱਜ ਜੂ ਪਾਪੇ ਉਹ ਕਿੰਨਾ ਕ ਟਾਈਮ ਲੱਗੂ ਯਾਰ ਐਨਾ ਤਾਂ ਉਹੀ ਉਹ ਕਰੀ ਜਾਣਾ ਯਾਰ ਚੱਲ ਪਰ ਹੁਣ ਖੜਾ ਲੈ ਇਹਨੂੰ ਕਿੱਥੇ ਖੜਾਏਗਾ ਆ ਸੁੰਡੀ ਦਾ ਦੇਖ ਲੈ ਕਿਵੇਂ ਪੈ ਰਹੀ ਏ ਯਾਰ ਚੱਲ ਐਂ ਕਰ 6 ਦਿਨ ਮਿਹਨਤ ਕੰਮ ਕਰਾਂ ਫਿਰ ਆਉ ਤੇਰਾ ਆਪਾਂ ਚੱਲੀਏ ਚੱਲ ਆ ਜਾ ਚੱਲ ਆ ਮਾਉਰੀ ਖੜਿਆ ਹਾਂ ਕਰ ਤੂੰ ਜਾ ਕੇ ਕਿਕਰ ਵਾਲੇ ਬਾਬੇ ਦੇ ਮੱਥਾ ਟੇਕਿਆ ਮੈਂ ਤੂੰ ਤੂੰ ਕੀ ਕਰੇਗਾ ਮੈਂ ਮੜੀਆ ਸਪਰੇਅ ਹੀ ਕਰ ਦੂੰਗਾ ਮੈਂ ਮੜ ਜਾ ਜਿਹੜਾ ਕੰਮ ਹੈਗਾ ਖੇਤ ਦਾ ਦੇਖ ਲੈਣਾ ਕਿੱਥੇ ਉਰੇ ਤੂੰ ਖੜੇਗਾ ਟਾਈਮ ਬਰਬਾਦ ਹੋਊਗਾ ਫालतੂ ਐਂ ਤਾਂ ਹੈ ਨਹੀਂ ਵੀ ਦੋ ਢੋਲੀਆਂ ਨੇ ਭਾਈ ਕੰਮ ਖਾਸ ਆ ਵੀ ਤੂੰ ਮੇਰੇ ਨਾਲ ਕਰਾਏਗਾ ਨਾਲੇ ਕਹਿੰਦਾ ਯਾਰ ਆਹ ਕਰ ਲਾਂਗੇ ਯਾਰ ਇਕੱਠੀ ਵਗ ਚੱਲਾਂਗੇ ਉਹ ਇਕੱਠੇ ਨੂੰ ਕੀ ਏ ਯਾਰ ਤੂੰ ਮੱਥਾ ਟੇਕਿਆ ਯਾਰ ਤੂੰ ਮੋਟਰਸਾਈਕਲ ਲੈ ਜਾ ਮਜ਼ਦੂਰੀ ਰਹੀ ਮੈਂ ਮੱਥਾ ਟੇਕ ਕੇ ਆਣਾ ਹਾਂ ਹਾਂ ਮੋਟਰਸਾਈਕਲ ਲੈ ਜਾ ਚਲ ਠੀਕ ਹੈ ਆ ਮੋਟਰਸਾਈਕਲ ਲੈ ਕੇ ਤੂੰ ਟੇਕਿਆ ਅੰਜਰ ਕਿੱਧਰ ਭਾ ਗਿਆ ਦਿਖਦਾ ਤਾਂ ਹੈ ਨਹੀਂ ਕੋਈ ਨਹੀਂ ਕਿੱਧਰ ਭਾ ਗਿਆ ਆ ਵੀ ਗਿਆ ਓਏ ਹਾਂ ਆ ਗਿਆ ਬੜੀ ਸ਼ੀਤੀ ਮੱਥਾ ਟੇਕਿਆ ਬਾ ਮੱਥਾ ਠੇਕਿਆ ਬਾਬੇ ਦੇ ਮਾ ਕਾ ਦਾ ਕਾ ਮੈਂ ਤੂੰ ਤਾਂ ਕਹਿੰਦੇ ਵਾ ਸਪਰੇ ਕਰੂੰਗਾ ਉਹ ਸਪਰੇ ਕਿੱਥੇ ਕਰਾਂ ਯਾਰ ਦਵਾਈ ਲੈਣ ਗਿਆ ਤੀਗਾ ਕਿਸੇ ਹੋਰ ਦੇਉ ਜਿਹੜੀ ਪਹਿਲਾਂ ਕਰੀ ਉਹੀ ਚੱਕ ਕੇ ਉਹਨੇ ਦਿੱਤੀ ਮੈਂ ਗੌਰ ਨਹੀਂ ਕਰੀ ਤਾਂ ਕਰਕੇ ਫਿਰ ਮਾ ਯਾਰ ਇਹਨੇ ਕਿਹੜਾ ਸੁੰਡੀ ਮਾਰੀ ਪਹਿਲਾਂ ਨਹੀਂ ਮਾਰੀ ਅੱਛਾ ਫਿਰ ਮਾ ਪੇੜਾਂ ਦੇ ਆਲੇ ਦੁਆਲੇ ਮਿਰਸਫਾਈ ਕਰਦੀ ਅਮਰੂਦਾਂ ਦੇ ਮੈਂ ਉਹ ਉੱਥੋਂ ਦੇਖਣ ਲੱਗ ਰਿਹਾ ਮੈਂ ਦੇਖਦਾ ਤਾਂ ਹੈ ਨਹੀਂ ਕਿਤੇ ਸਪਰੇ ਕਰਦਾ ਚੱਲ ਗੱਲ ਸੁਣੋ ਰਿਹਾ ਮੇਰੇ ਲਵੇ ਹਾਂ ਹਾਂ ਓਰੇ ਆਵਰੇ ਭੱਜ ਗਈ ਓਰੇ ਆ ਭੈਜਾ ਭੱਜ ਕਿਉਂ ਨੂੰ ਕੀ ਕਾਲੀ ਪੈ ਗਈ ਤੈਨੂੰ ਉਹ ਕੰਮਾ ਕੋਈ ਭੈਜਾ ਭੈਜਾ ਦੁਕਾਨ ਦੱਸ ਮੇਰੀ ਗੱਲ ਸੁਣ ਹੂੰ ਬਾਪੇ ਦਾ ਤੇ ਟੇਕਿਆ ਮੈਂ ਮੱਥਾ ਅੱਛਾ ਹੈ ਮੈਨੂੰ ਤਾਂ ਉੱਥੇ ਜਾ ਕੇ ਪਤਾ ਲੱਗਿਆ ਓਏ ਉਹ ਜਦੋਂ ਮੈਂ ਬਾਪੇ ਦੇ ਮੱਥਾ ਟੇਕਣ ਲੱਗਿਆ ਬਾਈ ਖੀਰ ਚ ਕੀ ਸਮਾਨ ਪਾਇਆ ਹੋਇਆ ਕਾਜੂ ਬਦਾਮ ਦਾਖਾਂ ਹੋਰ ਵੀ ਸਮਾਨ ਲਾਟਰ ਪਟਰ ਮੇ ਜਾ ਸਾਰਾ ਕੁਝ ਬਹੁਤ ਸਮਾਨ ਸਟਾ ਹੋਇਆ ਅੱਛਾ ਜੀ ਹਾਂ ਫਿਰ ਮਣੀ ਮੁੱਟੀ ਲੈ ਆਏ ਇਹਦੇ ਵਿੱਚ ਉੱਲੇ ਆਯਾਲ ਮਾੜੀ ਮੋਟੀ ਦੇਖਾ ਕੀ ਦਿਖਾ ਦੇਖਾ ਸਮਾਨ ਤੇਰਾ ਕਵਰਾ ਗੱਪਾਂ ਮਾਰੀ ਜਾਂਦਾ ਮੈਂ ਸਹੀ ਗੱਲ ਬਹੁਤ ਸਮਾਨ ਹੈ ਜਿਹੜੇ ਹਿਸਾਬ ਨਾਲ ਇੰਨਾ ਸਮਾਨ ਵਰਖਿਆ ਜਿਵੇਂ ਐ ਲੱਗਦਾ ਤਰੇ ਕਸ਼ਮੀਰ ਚ ਨਾਨਕੇ ਹੋਣ ਵੀ ਉੱਥੇ ਸਾਰਾ ਤੁਸੀਂ ਚੱਕ ਲਿਆਉਣੇ ਹੋ ਇੰਨਾ ਸਮਾਨ ਐਨੀ ਤਾਂ ਮੈਨੂੰ ਲੱਗਾ ਚੌਲ ਨਹੀਂ ਹੋਣੇ ਜਿੰਨਾ ਸਮਾਨ ਵਰਖਿਆ ਮੈਂ ਤਾਂ ਆਪਕਾ ਨਾ ਬੁੜੀਆਂ ਨੇ ਜਦੋਂ ਕਰੇ ਕੀ ਕਰਦੇ ਐਨਾ ਤਾਂ ਕਦੇ ਸਾਨੂੰ ਨਹੀਂ ਖਵਾਇਆ ਹੈਗਾ ਨਾ ਕਰੇ ਕਰਕੇ ਬਈ ਬਾਬੇ ਆਨ ਬਾਬਿਆਂ ਨੂੰ ਜਿਆਦਾ ਖਵਾ ਮੇਰੀ ਗੱਲ ਸੁਣਾ ਮੈਂ ਪਤਾ ਕੀ ਕਰਿਆ ਬਾਬੇ ਨੂੰ ਥੋੜਾ ਜੀ ਮੱਥਾ ਟੇਕਿਆ ਥੋੜੀ ਜੀ ਧਰਕੇ ਬਾ ਬਗੜਾ ਵਿਚਾਰਾ ਹੋਇਆ ਐ ਵੀ ਭੁੱਖਾ ਦੀ ਖੀਰ ਦਾ ਠੀਕ ਐ ਮਤਲਬ ਜਦੋਂ ਕਾਜੂ ਬਦਾਮ ਦੇਖੇ ਮਤਲਬ ਮੋੜ ਲਿਆ ਸਮਾਨ ਠੀਕ ਐ ਉਹ ਯਾਰ ਉਹ ਕੀ ਹੁਣ ਬਾਬੇ ਦੇ ਆਪਾਂ ਨੇ ਹਾਜ਼ਰ ਇੰਤਪਾਣੀ ਮੱਥਾ ਟੇਕ ਕੇ ਮੋੜ ਲਿਆ ਹਾਂ ਉਹ ਬਈ ਇਹੋ ਜਿਹਾ ਕੰਮ ਨਹੀਂ ਕਰ ਦਿੰਦੇ ਬਾਬੇ ਬਾਈ ਕਈ ਵਾਰੀ ਪੱਟ ਦਾਂ ਦਿੰਦੇ ਨੇ ਸਾਡੇ ਗਮਾਂਡਣ ਲੱਗ ਰਹੀ ਸੀ ਕਰਨ ਇੱਕ ਦਿਨ ਉਹਨਾਂ ਦੇ ਕਿਸ ਨੇ ਮੱਥਾ ਟੇਕਨੇ ਮੁੰਡੇ ਨੇ ਨਾ ਜਾ ਕੇ ਮੱਥਾ ਟੇਕਦਾ ਚੌਲਾਂ ਦਾ ਚੌਲ ਜਾ ਕੇ ਵਾਪਸ ਚੱਕ ਲਿਆ ਜਾ ਕੇ ਆਪ ਖਾਣ ਲੱਗਿਆ ਖਾ ਕੇ ਉਹਦਾ ਲਾਲਾ ਵੀ ਮੁੰਡੇ ਦੀ ਮਰਕੀ ਮਤਲਬ ਬਚਤ ਰਹਿ ਗਈ ਮਰਨ ਵਾਲੀ ਕੰਮ ਹੋ ਗਿਆ ਸੀਗਾ ਜਾ ਨੇ ਜਾ ਨੇ ਬਚ ਗਿਆ ਤੇ ਯਾਰ ਰੱਬਾ ਇਹ ਮਨੇ ਯਾਰ ਫੇਰ ਤੁਸੀਂ ਉਹ ਗੱਲਾਂ ਕਰਨ ਲੱਗ ਜਉਨੇ ਯਾਰਾ ਹੋਰ ਓਏ ਉਹ ਤਾਂ ਬਾਪੇ ਦੇ ਧਰਤੀ ਮੱਥਾ ਇੱਕ ਤਾਂ ਖੀਰ ਧਰਤੀ ਅੱਛਾ ਅੱਛਾ ਇੱਕ ਤਾਂ ਤੂੰ ਲਗਾ ਦੇਣਾ ਯਾਰ ਮੈਨੂੰ ਹੋਰ ਗੱਲਾਂ ਦਿੱਤ ਨੂੰ ਮੈਂ ਸੀਗਾ ਤੂੰ ਮੇਰੀ ਗੱਲ ਸੁਣ ਹੁਣ ਮੈਂ ਪਤਾ ਕਾਤੋਂ ਲਿਆ ਆ ਹਾਂ ਆਪਾਂ ਖਾ ਲਾਂਗੇ ਕਾਜੂ ਬਦਮ ਘਰੇ ਕਿਹੜਾ ਪਤਾ ਲੱਗੂ ਬੁੜੀਆਂ ਨੂੰ ਬੁੜੀਆਂ ਤਾਂ ਹੀ ਲੱਗੂ ਮੱਥਾ ਟੇਕ ਕੇ ਕਰਾਲੇ ਬਾਪੇ ਦੇ ਨਾ ਨਾ ਮੈਂ ਨਹੀਂ ਖਾਂਦਾ ਭਾਈ ਤੂੰ ਖਾ ਲੈ ਓਏ ਤੂੰ ਮੈਂ ਤਾਂ ਤੇਰੇ ਵਾਸਤੇ ਲਿਆਇਆ ਦੀਦੀ ਕਰਕੇ ਖਾਲਾਂਗੇ ਆਪਾਂ ਚੱਲ ਥੋੜੀ ਤੂੰ ਗੱਲ ਸੁਣ ਮੇਰੀ ਥੋੜੀ ਜੀ ਕਰ ਲਾਂ ਜਿਹੜਾ ਸਾਮਾਨ ਕਰਕੇ ਜਿਹੜਾ ਸਾਮਾਨ ਆ ਸਾਮਾਨ ਤੂੰ ਸਾਮਾਨ ਤਾਂ ਦੇਖ ਉਹ ਤਾਂ ਮੈਂ ਦੇਖ ਲਿਆ ਤੂੰ ਸਾਮਾਨ ਤੂੰ ਐਂਗਾ ਚੌਲ ਨਹੀਂ ਹੈਗੇ ਜਿੰਨਾ ਸਾਮਾਨ ਵਾਹ ਪਰ ਅੰਦਰ ਕੋਠੇ 'ਚ ਕੋਈ ਚਾਮਚੇ ਚੁੰਮਚੇ ਪੈਣੋਂ ਤਾਂ ਚੱਕ ਲਿਆ ਖਾ ਲਜਾ ਤਾ ਪਹਿਲਾ ਮੈਂ ਖਾ ਲੈਣਾ ਖੜ ਜਾ ਇੱਕ ਮਿੰਟ ਇੱਕ ਮਿੰਟ ਆ ਕੀ ਆ ਇਹ ਐਂ ਦਾ ਦੇਖਿਓ ਮਗਜੇ ਨਾਲੇ ਗੇਰ ਦੀ ਕਹਿੰਦਾ ਕੀ ਆ ਉਹ ਮਗਜ ਮੈਨੂੰ ਵਧੀਆ ਨਹੀਂ ਲੱਗਦੇ ਪਰ ਮੈਂ ਖਾ ਲੂੰਗਾ ਗੇਰ ਦਾ ਕਿਉਂ ਆ ਇਹ ਤਾਂ ਤਾਕਤ ਵਾਲੀਆਂ ਚੀਜ਼ਾਂ ਨੇ ਸਾਰੀਆਂ ਤੂੰ ਖਾ ਲੈ ਮਗਜ ਖਾਣ ਨੂੰ ਕਹੜਾ ਕਹਾ ਉਹ ਆ ਕੁਸ ਮੂੰਹ ਚੋਂ ਪਾਣੀ ਜਾ ਰਿਹਾ ਇਹਨਾਂ ਸਮਾਨ ਮੂੰਹ ਚੋਂ ਮਾ ਪਾਣੀ ਜਾ ਮੇਰੇ ਵੀ ਆਉਣ ਲੱਗ ਰਿਹਾ ਮੂੰਹ ਚੋਂ ਇੰਨਾ ਸਮਾਨ ਖਾ ਲੈ ਨੂੰ ਖਾ ਲੈ ਮੰਨ ਨਰੀਨਾ ਕਾਜੂ ਤੂੰ ਗੱਲਾਂ ਬਾਤ ਕਰ ਮੇਰੇ ਇੱਕ ਚਮਚਾ ਪਹਿਲਾਂ ਮੈਨੂੰ ਲਾਣ ਦੇ ਹਾਂ ਗੱਲਾਂ ਨੇ ਤੇਰੇ ਕੋਲ ਤਾਂ ਬਾਬਾ ਕੁਝ ਨਹੀਂ ਕਹਾ ਦਾ ਆਪੇ ਬਾਬੇ ਦਾ ਜਵਾਬ ਹਾਂ ਬਈ ਸੱਚੀ ਗੱਲ ਹੈ ਜਿੱਡੀ ਮਰਜੀ ਸੌਂ ਕਹਾਂ ਆਨੰਦ ਆ ਗਿਆ ਜੀ ਖੀਰ ਹੀ ਨਹੀਂ ਕਦੇ ਖਾਧੀ ਓਏ ਲੈ ਵੀ ਮਿਤਰਾ ਬਣ ਗਈ ਗੱਲ ਆਏ ਨਜ਼ਾਰਾ ਆ ਲੈ ਚਮਚਾ ਵੀ ਇੱਧਰ ਰੱਖ ਦੇ ਚਮਚਾ ਇੱਧਰ ਰੱਖ ਲੈ ਸੌਂ ਖੋਲਾ ਧਰਮ ਨਾਲ ਨਜ਼ਾਰਾ ਆ ਗਿਆ ਇਹੋ ਜੀ ਖੀਰ ਕਦੇ ਖਾਧੀ ਹੁ ਨਹੀਂ ਇਹ ਤਾਂ ਪਤਾ ਕੀ ਗੱਲ ਹੈ ਕਰੇ ਬੁੜੀਆਂ ਆਪਦੇ ਵਾਸਤੇ ਨਹੀਂ ਬਣਾਉਂਦੀਆਂ ਇਹ ਸਾਮਾਨ ਖਵਾਉਣ ਵਾਸਤੇ ਆਪਾਂ ਨੂੰ ਠੀਕ ਹੈ ਨਾ ਜਦੋਂ ਕਿਤੇ ਬਾਪਿਆਂ ਬੂਬਿਆਂ ਦੇ ਮੱਥਾ ਟੇਕਣ ਦਾ ਫੇਰ ਤਾਂ ਇਹ ਸਾਮਾਨ ਪਾ ਪਾ ਕੇ ਪਾ ਪਾ ਕੇ ਘਰ ਤੇ ਘੜ ਦਿੰਦੇ ਨੇ ਬਾਪਿਆਂ ਵਾਸਤੇ ਬਈ ਇੰਨ ਵਧੀਆ ਬਣਦਾ ਸਾਮਾਨ ਆ ਦੇਖ ਲਾ ਖੀਰ ਦੀ ਮੱਖਣੀ ਬਣਾਈ ਪਈ ਆ ਮੱਖਣੀ ਪਾ ਕੇ ਕਾਜੂ ਬਦਾਮ ਮੈਂ ਚੱਲੀ ਹੁਣ ਚੱਲ ਚੱਲ ਆਹਦਾ ਚਮਚੀ ਜੰਦਰੇ ਰੱਖ ਦੇਣਾ ਤੇ ਚਮਚੀ ਤਾਂ ਅੰਦਰੇ ਰੱਖ ਦੇਣਾ ਆ ਬੇਬੇ ਠੀਕ ਆਇਆ ਮੱਥਾ ਮੈਂ ਤਾਂ ਆ ਮੱਥਾ ਤਾਂ ਤੂੰ ਠੀਕ ਆਇਆ ਹੈ ਉਹ ਲੱਖੇ ਨੂੰ ਬਾਜਾ ਮਾਰਦੀ ਕੀ ਲੋੜ ਦੀ ਵੀ ਨਾਲ ਚੱਲ ਮੇਰੀ ਉਹ ਮੈਂ ਕੱਲਾ ਜਾਂਦਾ ਸੀ ਮੈਂ ਤੁਰ ਕੇ ਜਾਂਦਾ ਸੀਗਾ ਉਹਦੇ ਲੇਪੇ ਮੋਟਰਸਾਈਕਲ ਉਹਨੇ ਥਾਈ ਦੋ ਮੋਟਰਸਾਈਕਲ ਪੁੱਛ ਲੈ ਦੀ ਜਾ ਮੋਟਰਸਾਈਕਲ ਦੇ ਵਾਗੇ ਸੀ ਪਾਗਲ ਦਿਮਾਗ ਲਿਆ ਮੰਨਤਾ ਹੀ ਸ਼ਾਮੇ ਨਹੀਂ ਕਿਸੇ ਨੂੰ ਨਾਲ ਲੈ ਕੇ ਜਾਇਆ ਕਰਦੇ ਨਾਲੇ ਬਾਬੇ ਨੇ ਗੁੱਸਾ ਨਹੀਂ ਕਰਿਆ ਹੁਣ ਮੈਨੂੰ ਨਾਲ ਕਰਸ ਨੂੰ ਲੈ ਕੇ ਆਇਆ ਇਹ ਗੁੱਸਾ ਬਾਬੇ ਨੇ ਬਾਬੇ ਨੇ ਤਾਂ ਕੁਝ ਵੀ ਨਹੀਂ ਕਿਹਾ ਮੈਨੂੰ ਬਾਬਾ ਦਾ ਕੁਝ ਬੋਲੀ ਨਹੀਂ ਹੈਗਾ ਬਾਬਾ ਉਹਨਾਂ ਤਾਂ ਫਿਰ ਕੀ ਕਹਿਣਾ ਦੀ ਬਾਬੇ ਨੇ ਵੀ ਬੋਲ ਤੂੰ ਕਹਿੰਦਾ ਗੁੱਸਾ ਕਰਿਆ ਬਾਬੇ ਨੇ ਲਾ ਦੇਖ ਲੈ ਮੜੀਆਂ ਤਾਂ ਅੰਦਰ ਜਾਮੀ ਹੁੰਦੀਆਂ ਨੇ ਉਹ ਕਿਹੜਾ ਬੋਲਦੀਆਂ ਹੁੰਦੀਆਂ ਨਹੀਂ ਉਹ ਤਾਂ ਦੇਖ ਹੀ ਦੱਸ ਦਉਂਦੀਆਂ ਨੇ ਨਾਲੇ ਜੀ ਇਦਾਂ ਨਹੀਂ ਬੋਲੀਦਾ ਹੁੰਦਾਗਾ ਪਾਪ ਲੱਗਦਾ ਹੁੰਦਾ ਦੋ ਪਾਪ ਲੱਗਦਾ ਹੁੰਦਾ ਨਹੀਂ ਆ ਦੱਸ ਬੇ ਬੇ ਮੈਨੂੰ ਬਾਬਾ ਆਪਣੇ ਘਰ ਦਾ ਹੈ ਸਾਰੇ ਪਿੰਡ ਦਾ ਹੈ ਠੀਕ ਹੈ ਗੱਲ ਆਪਾਂ ਸਾਰੇ ਜਵਾਕ ਆਉਂਦੇ ਉਹਦੇ ਜਵਾਕਾਂ ਦਾ ਗੁੱਸਾ ਕਰਦਾ ਨਾ ਬਾਬਾ ਬਣਾ ਉਹੀ ਪਾਪ ਲੱਗਦਾ ਹੁੰਦਾ ਕਹਿ ਦੇਣੀ ਤੁਸੀਂ ਮੰਮੀ ਜੀ ਦਿਨ ਲੱਗ ਜਾਣੇ ਹੋ ਕਿ ਹਰ ਵਕਤ ਸੁਣ ਲਈਦੀ ਹੁੰਦੀ ਹੈ ਵੱਡਿਆਂ ਦੀ ਗੱਲ ਸੁਣੀ ਤਾਂ ਜਾਨਾ ਪਰ ਹੁਣ ਹੋਰ ਦੱਸ ਇਹਨੂੰ ਤਾਂ ਬਈ ਉਹਦੇ ਵਿੱਚ ਆਸਾਨ ਨਹੀਂ ਹੁੰਦਾ ਇਹ ਤਾਂ ਸੱਗੀ ਪਰਾਂ ਦਾ ਨਾਲ ਲੈ ਕੇ ਜਾਂਦਾ ਉਹ ਦੇਖੋ ਮੰਮੀ ਉਹਨੂੰ ਨਾਲ ਲੈ ਕੇ ਜਾਣਾ ਘਰੇ ਆਪਾਂ ਨੂੰ ਕਿਵੇਂ ਭੱਜ-ਭੱਜ ਪੈਣਾ ਘਰੇ ਵੀ ਪਿਆਰ ਨਾਲ ਬੋਲਿਆ ਕਰੋ ਬਾਹਰ ਕਿਵੇਂ ਦੋਸਤਾਂ ਚ ਹੱਸਦੇ ਰਹਿੰਨੇ ਹੋਗੇ ਤੁਸੀਂ ਤਾਂ ਬੜਾ ਮੇਰੇ ਆਉਣ ਸਣਾ ਹਾਰ-ਪਾਦ ਦੀ ਗੱਲ ਚਾਹ ਲਓ ਜੀ ਤੂੰ ਹਾਰ ਹੋਣ ਵਾਲੇ ਕੰਮ ਨਹੀਂ ਕਰਦਾ ਕਿਉਂ ਨਹੀਂ ਕੰਮ ਕਰਦਾ ਮੈਂ ਟੜਕੇ ਤੜਦਾ ਫਿਰਦਾ ਪਾਣੀ ਦਾ ਗਲਾਸ ਨਹੀਂ ਪੋਈਦਿਆ ਮੈਨੂੰ ਇੱਕ ਜਣੀ ਇੱਧਰ ਆ ਕੇ ਵਜੂ ਇੱਕ ਜਣੀ ਇੱਧਰ ਆ ਕੇ ਵਜੂ ਹੁਣ ਸਾਰੇ ਅਸੀਂ ਕਿੱਥੇ ਵੈਜੀਏ ਹੂੰ ਕਿੱਥੇ ਵੈਜੀਏ ਅਸੀਂ ਕਿੱਥੇ ਵੈਜੀਏ ਨਾ ਦੱਸ ਸਾਹਿਬ ਇਹਨੂੰ ਚੰਗੀ ਗੱਲ ਕਹਿਦਾ ਕਹਿੰਦਾ ਮੇਰੇ ਗਲਪੈਂਡੀਆਂ ਨੇ ਮੈਨੂੰ ਨਹੀਂ ਪਤਾ ਮੈਂ ਤਾਂ ਸਰਦਾ ਨਾਲ ਨੀਚਾ ਨਾ ਮੱਥਾ ਟੇਕਿਆ ਆ ਉਹਨੇ ਵਹਿਮ ਕਰਦੇ ਨੇਗੇ ਆਪਣੇ ਘਰੇ ਦਾ ਘਟ ਆਉਣ ਦਿੰਦੇ ਆ ਕਿ ਵੀ ਲੱਖਾ ਉਧਰ ਜਾਂਦਾਗਾ ਤੁਸੀਂ ਉਹਦੇ ਨਾਲ ਤੁਰੇ ਫਿਰਦੇ ਰਹਿੰਦੇ ਹੋਗੇ ਤੁਹਾਨੂੰ ਵੀ ਆਪ ਵੀ ਸੋਚਣਾ ਚਾਹੀਦਾ ਮਾੜਾ ਮੋਟਾ ਇਹ ਜੇ ਤਾਂ ਪੱਥਰ ਦੀ ਗੂੰਦ ਪਈ ਨਾ ਪਈ ਇਹਨੂੰ ਜਿੰਨਾ ਮਰਜੀ ਕਹਿ ਲੈ ਲੈ ਜਿੰਨਾ ਮਰਜੀ ਕਹ ਤੂੰ ਤਾਂ ਪਤਾ ਨਹੀਂ ਕੀ ਹੋ ਰਿਹਾ ਤੁਹਾਨੂੰ ਕੀ ਨਾ ਮੱਥਾ ਮਾਰਨ ਦਾ ਬੇਬੇ ਕੋਈ ਫਾਇਦਾ ਨਹੀਂ ਹੈਗਾਗਾ ਇੱਕ ਬੰਦਾ ਬਾਰੋਂ ਕੰਮ ਕਰਕੇ ਆਉਂਦਾ ਥੱਕ ਹਾਰ ਕੇ ਆ ਕੇ ਸਿਰ ਤੇ ਤੁਸੀਂ ਬੈਠ ਜਾਨੀਆਂ ਦੋਈ ਜਾਨੀਆਂ ਅਸੀਂ ਇੱਧਰ ਨਿਕਲ ਜਿਏ ਘਰੋਂ ਨਿਕਲ ਜਾਨੇ ਅਸੀਂ ਅਈ ਤਾਂ ਫਿਰ ਦਿਓ ਤੁਸੀਂ ਨਿਕਲ ਲੋ ਵੀ ਜੇ ਇੱਥੇ ਨਿਕਲ ਜੀ ਅਸੀਂ ਹੋਰ ਤੁਹਾਨੂੰ ਕੀ ਕੰਮ ਹੈ ਕੋਈ ਤੁਹਾਨੂੰ ਦੇਖ ਲੈ ਆਪ ਪਕਾਈ ਕਰਾ ਲੈ ਤੇਰਾ ਕੁੱਤੀ ਵਾਲੀ ਨਾ ਮਾਂ ਨੂੰ ਬਕਸੇ ਨਾ ਇਹਨੂੰ ਬਕਸੇ ਉਹ ਬਕਸਣ ਵਾਲੀ ਕੀ ਗੱਲ ਆ ਬੇਬੇ ਜਦੋਂ ਹੁਣ ਕਹੀ ਜਾਂਦੀ ਅਸੀਂ ਘਤਰ ਨਿਕਲ ਜੇ ਹੁਣ ਕੀ ਗੋਲੀ ਮਾਰਾਂ ਫਿਰ ਇਹਦੇ ਮੈਂ ਫਿਰ ਪੁੱਠਾ ਕੇ ਬੋਲਦਾ ਏ ਤੁਸੀਂ ਬੈਠੇ ਬੋਲੇ ਜਾਂਦਾ ਤੂੰ ਪਾਣੀ ਹੁਣ ਤਾਂ ਪਾਣੀ ਲਿਆ ਦੇ ਓਰੇ ਬੈਠੀ ਕਰਦੀਆਂ ਪਾਣੀ ਲਿਆ ਦੇ ਜਾ ਕੇ ਉਹੀ ਬਹੁਤਾ ਬਾਰੋਂ ਪਿੱਕੇ ਨਹੀਂ ਆਏ ਯਾਰ ਨੂੰ ਲੈ ਨਾਲ ਲੈ ਕੇ ਗਈ ਸੀ ਆਪਦੇ ਨੂੰ ਨਾਲ ਕਾਹ ਕੀ ਮਚਕ ਨਹੀਂ ਫਰਦਾ ਤੀ ਮੇਰੇ ਬਾਸਤੇ ਮੈਂ ਪਾਣੀ ਪਿਲਾ ਤੋਨੇ ਮੈਨੂੰ ਵੇ ਚੰਗਾ ਠਿਕ ਜਾ ਤੇ ਕੇ ਲਿਆ ਦੂਗੀ ਐਡੀ ਛੇਦੀ ਕੀ ਜਾਨ ਨਿਕਲਦੀ ਐ ਹੂੰ ਲਿਆ ਦੂਗੀ ਫਿਰ ਵੇਜ ਤੇ ਹੁਣ ਆ ਬੈਠੀ ਆ ਲੈ ਲਿਆ ਦੇ ਨੀ ਇਥੇ ਨੇ ਦਿਮਾਗ ਖਾਦਾਗਾ ਵੇ ਤਾਂ ਮੰਮੀ ਲੜਦੀ ਰਹਿੰਦੇ ਆ ਘਰ ਆ ਕੇ ਤਾਂ ਹਰ ਵਕਤ ਹੋਰ ਆ ਤੂੰ ਤਾਂ ਮੇਰੇ ਹਾਰ ਪਾਉਣੇ ਰੋਜ ਦੱਸ ਤੂੰ ਪਾਣੀ ਦੀ ਘੋਟੇ ਚੱਕ ਕੇ ਪੀ ਲੈ ਮੰਜੇ ਦੇ ਵਿੱਚ ਚੜ ਕੇ ਬਹਿ ਜਾਗਾ ਓਏ ਹੁਣ ਤਾਂ ਆ ਮੇਰੀ ਮਾਂ ਮੇਰੀ ਧੜਕੇ ਦੇ ਨਿਕਲ ਹੈ ਜਦੋਂ ਉਹਨਾਂ ਉੱਧ ਦਵਾਰ ਢੱਕਰ ਦਿੰਨੀਓ ਸੌ ਕੰਮ ਨੇ ਨੱਕਰਨਾ ਪੈਂਦਾ ਹੈ ਨੱਕਰਨਾ ਪੈਂਦਾ ਆਦਾ ਪੈਣਾ ਘੰਟਾ ਸਰਦੋ ਘਣ ਲਾਰ ਖਾ ਤੁੰਦਾ ਇਹ ਲਿਆ ਦੇ ਜਲੂਆ ਕਿਹੜਾ ਲਊਗੀ ਤਾਪੇ ਪੀਣਾ ਬੂ ਬੇ ਬੇ ਦਾ ਪੀ ਲੈ ਜਾ ਕੇ ਫੇਰ ਕਿਦੋਂ ਲਿੱਸਾ ਹੋ ਜਾਏਗਾ ਦੇ ਮੁੰਡਿਆਂ ਇਧਰ ਆਏ ਤੂੰ ਹੁਣ ਮੈਂ ਤਾਂ ਗੁਰੀ ਨਾਲ ਗਿਆ ਤੀਗਾ ਤੈਨੂੰ ਹੋਰ ਕੋਈ ਕੰਮ ਹੀ ਨਹੀਂ ਤੜਕੀ ਗੁਰੀ ਨਾਲ ਚੜ ਜੈਨਾ ਤੂੰ ਉਹ ਫਿਰ ਕਿਉਂਦਾ ਮਾਂ ਤੈਨੂੰ ਹਾਦੀ ਹੋ ਰਹੀ ਹੈ ਘਰੇ ਵੀ ਦੇਖ ਲਿਆ ਕਰ ਕੋਈ ਘਰੇ ਕੀ ਦੇਖਾਂ ਦੱਸ ਕਰੇਗੀ ਦੇਖਾਂ ਕੰਮ ਨਹੀਂ ਹੈਗਾ ਘਰੇ ਕੋਈ ਤੇਰੇ ਦੱਸ ਮਾਂ ਕੀ ਹੈ ਕੰਮ ਕੰਮ ਕਰ ਆਹ ਸਾਰੇ ਕੰਮ ਨੇ ਆਹ ਕੰਮ ਨਹੀਂ ਦਿੰਦੇ ਤੈਨੂੰ ਕੋਈ ਉਹ ਦੱਸ ਦੇ ਮਾਂ ਮੇਰੀ ਇਹ ਕੀ ਕਰਨਾ ਕਰਦਣਾ ਆਹ ਕੱਪੜੇ ਪਾ ਲੰਦਾ ਮਸ਼ੀਨ 'ਚ ਧੋ ਲੈਂਦਾ ਓ ਇੰਨਕ ਦਾ ਮਾਂ ਤੂੰ ਵੀ ਕਰ ਸਕਦੀ ਆ ਮੈਨੂੰ ਬੰਨਿਆ ਹੋਇਆ ਤੂੰ ਤਾਂ ਗੋਲੇ ਕੱਸ ਦਰ ਸਾਰਾ ਦਿਨ ਦਾ ਤੂੰ ਗੁਰੀ ਮੰਗਰ ਚੜਿਆ ਫਿਰ ਜੰਨਾ ਉਹ ਫਿਰ ਕਿਉਂਦਾ ਦੋਸਤ ਮਿੱਤਰਾਂ ਨਾਲ ਜਾਈ ਜਾਂਦਾ ਪਹਿਲਾਂ ਮੈਨੂੰ ਐਂ ਦੱਸ ਵੇ ਤੂੰ ਉਹਦੇ ਨਾਲ ਸਿਖਰ ਦੁਪਹਿਰੇ ਗਿਆ ਕਿੱਥੇ ਤੀਗਾ ਨਹੀਂ ਮਾਂ ਜਾਣਾ ਕਿੱਥੇ ਆ ਗੁਰੀ ਸਵੇਰੇ ਮੱਥਾ ਟੇਕਣਾ ਭੁੱਲ ਗਿਆ ਕਿਕਰ ਵਾਲੇ ਬਾਬੇ ਦੇ ਉੱਥੇ ਮੱਥਾ ਟੇਕਣ ਗਏ ਤੀਗੇ ਬੂ ਵੇ ਮੱਥਾ ਤਾਂ ਤੜਕੇ ਟਿਕਦਾ ਹੁੰਦਾ ਸਿਖਰ ਦੁਪਹਿਰੇ ਥੋੜਾ ਮੱਥਾ ਟਿਕਦਾ ਹੁੰਦਾ ਮਾਂ ਦੱਸਿਆ ਤਾਂ ਹੈਗਾ ਤੈਨੂੰ ਸਵੇਰੇ ਭੁੱਲ ਗਏ ਤੇ ਮੱਥਾ ਟੇਕਣਾ ਤਾਂ ਕਰਕੇ ਹੁਣ ਦੁਪਹਿਰੇ ਗਏ ਤੇ ਕਿ ਮੈਂ ਕੀ ਲੈ ਕੇ ਗਏ ਤੇ ਉਹ ਮੱਥਾ ਟੇਕਣ ਨੂੰ ਉਹ ਆਪਣੇ ਪਿੰਡ ਦਾ ਹੁਣ ਤੈਨੂੰ ਪਤਾ ਹੈ ਕਿਕਰ ਵਾਲੇ ਬਾਬੇ ਦੇ ਖੀਰੇ ਚੜ੍ਹਦੇ ਹੋਰ ਕੀ ਨਮਕੀਨ ਚੜ੍ਹਦਾ ਮੈਂ ਤਾਂ ਖਾ ਤਾਂ ਨਹੀਂ ਲਈ ਪਲੇਗ ਦੇ ਜਾਣਿਆ ਹਾਂ ਤਾਂ ਫਿਰ ਥ ਕਿ ਰਾਇ 10 ਕੀ ਹੁੰਦਾ ਕੀ ਹੁੰਦਾ 30 ਸਾਲ ਦਾ ਹੋ ਰਿਹਾ ਕੋਈ ਵੀ ਰਿਸ਼ਤਾ ਨਹੀਂ ਹੁੰਦਾ ਹੁਣ ਪਤਾ ਲੱਗਿਆ ਤੈਨੂੰ ਕਿਉਂ ਨਹੀਂ ਪੂਰ ਚੜਦਾ ਹੁਣ ਮੈਨੂੰ ਸਾਰਾ ਚਾਨਣ ਹੋ ਗਿਆ ਆਏ ਮਾਂ ਕੀ ਹੁੰਦਾ ਆਏ ਹਰੇਕੇ ਕਰਾਉਂਦਾ ਫਿਰ ਤੇਰਾ ਵੜਤਾ ਮੂੜਾ ਭਾਈ ਉਹਨਾਂ ਨੇ ਤੂੰ ਤਾਂ ਮਾਂ ਹੋ ਰੇ ਮਰ ਜਾਨੇ ਚੱਲ ਮੈਂ ਤਾਂ ਘੰਟਾ ਸੁਣ ਜਿਹੜਾ ਕੋਈ ਕੰਮ ਮੈਨੂੰ ਹੱਥ ਨਹੀਂ ਆ ਰਿਹਾ ਫਿਰ ਜਾ ਸੌ ਜਾ ਹੋਰ ਤਾਂ ਕੁਝ ਨਹੀਂ ਕਰਨਾ ਸੌ ਜਾ ਜਾਂ ਤੈਨੂੰ ਗੁਰੀ ਚਾਹੀਦਾ ਜਾਂ ਰੋਟੀ ਖਾ ਕੇ ਸੌਣਾ ਤੈਨੂੰ ਨਹੀਂ ਰਿਸ਼ਤਾ ਹੁੰਦਾ ਤੇਰਾ ਵੜਤਾ ਮੂੜਾ ਉਹਨਾਂ ਨੇ ਮੇਰੇ ਤਾਂ ਗੋਡੇ ਚ ਦਰਦ ਹੁੰਦਾ ਮੈਂ ਨਹੀਂ ਮੈਂ ਨਹੀਂ ਲੋਕਾਂ ਦੇ ਹਾੜੇ ਕੱਢਦੀ ਤੇਰੇ ਪਿੱਛੇ ਰੋਜ ਤੇਰੇ ਲੱਛਣ ਵਿਗੜ ਗਏ ਹੁਣ ਹੁਣ ਤੈਨੂੰ ਐਂ ਤਵੀਤਾ ਨੇ ਐਂ ਬਣਾਤਾ ਵਧੀਆ ਫੇਰ ਜਾ ਜਿੱਥੋਂ ਜਾ ਭੱਜ ਜਾ ਲਾਲੂ ਜੀ ਮਾਸ਼ੱਲਾ ਤੋਂ ਬੇਬੇ ਰੱਖ ਦਿੰਦੀ ਮੈਂ ਆਪੀ ਕਰ ਲੈਂਦੀ ਨਹੀਂ ਚੱਲ ਕੋਈ ਨਾ ਬੈਠੀ ਹੋਤੀ ਬੈਠੀ ਦਸੀਗੀ ਤੂੰ ਰੈਸਟ ਕਰ ਲੈਂਦੀ ਮੈਂ ਕਰ ਹੀ ਲੈਣਾ ਸੀ ਕੋਈ ਨਹੀਂ ਕੋਈ ਨਹੀਂ ਟਮਾਟਾ ਨਾਲ ਕੀ ਲੱਗਦਾ ਬੇਬੇ ਦੀਵਾਲੀ 'ਚ ਵੀ ਚਾਰ ਦਿਨ ਰਹਿਗੇ ਸਫਾਈਆਂ ਦਾ ਵੀ ਆਪਾਂ ਨਵੇੜ ਹੀ ਦੇਣਾ ਸੀਗਾ ਉਹ ਤਾਂ ਫਿਰ ਨਹੀਂ ਮੇੜਨੀ ਪਊਗਾ ਭਾਈ ਤਿਹਾਰ ਹੈ ਤੈਨੂੰ ਪਤਾ ਐਡਾ ਵੱਡਾ ਸਾਲ ਮਾਗਰ ਆਉਂਦਾ ਏ ਹੋਰ ਸਾਰਾ ਕੁਝ ਹੀ ਕਰਨ ਵਾਲਾ ਕੱਪੜੇ ਕੁੱਪੜੇ ਧੋ ਲਾਂਗੇ ਸਾਰਾ ਗਰਮਾਂ ਵਾਲੇ ਸਾਂਭਦਾਂਗੇ ਸਰਦਾਂ ਵਾਲੇ ਕੱਢ ਲੈਣੇ ਹੁਣ ਆਪਾਂ ਹੋਰ ਤਿਹਾਰ ਤਾਂ ਠੀਕ ਐ ਉਹੀ ਗੱਲ ਐ ਵਾਹ ਵੀ ਸੂਟ ਵੀ ਲੈਣਾ ਪਊਗਾ ਮਨਤਾਲਾ ਇੱਕ ਬੇਬੇ ਇਸ ਵਾਰ ਤਾਂ ਮਨਤਾਲਾ ਸੂਟ ਮੈਂ ਸਵਾਕੇ ਪਾਉਂਗੀ ਓਹੋ ਨੀ ਉਹ ਤਾਂ ਫਿੱਕੇ ਰੰਗ ਦਾ ਹੁੰਦਾ ਬੁੜੀ ਨਾਲਾ ਮੈਂ ਜੋਂ ਦੱਬੇ ਬੇਬੇ ਥੋੜਾ ਕੜਾਈ ਵਾਲਾ ਲਿਆਦੀ ਮੈਂ ਪਾ ਲੂੰਗੀ ਲੱਗ ਵਾ ਲੈ ਤੇ ਦੇ ਕੀ ਚੰਗਾ ਲੱਗੂਗਾ। ਬੁੜੀਆਂ ਵਾਲੇ ਕੱਪੜੇ ਥੋੜੇ ਪਾਇਆ ਕਰਦੀਆਂ ਨੇ ਕੁੜੀਆਂ। ਬੇਬੇ ਐ ਕਿਉਂ ਕਰਦੀਆਂ ਦੇਖੀ। ਲੈ। ਮੈਨੂੰ ਤਾਂ ਚਾ ਚੜਿਆ ਪਿਆ ਸੀ ਮਨਤਾਲਾ ਸੂਟ ਮੈਂ ਪਾਉਂਗੀ। ਆਹੋ। ਨਾਲੇ ਬੇਬੇ ਮੈਨੂੰ ਨਾ ਸੁਪਨਾ ਆਇਆ ਸੀਗਾ। ਆਹ। ਕਿਕਰ ਵਾਲੇ ਬਾਬੇ ਦਾ। ਆਹੋ। ਮੈਨੂੰ ਬਾਬਾ ਕਹਿੰਦਾ ਐਤ ਕੀ ਭਾਈ ਸੂਟ ਮਨਤਾਲਾ ਤੂੰ ਹੀ ਸਵਾਕੇ ਪਾਉਣਾਗਾ। ਇਸ ਕਰਕੇ ਮੈਂ ਤੈਨੂੰ ਬਾਰ-ਬਾਰ ਕਹਿ ਰਹੀ ਆਂਗੀ। ਅੱਛਾ। ਮੈਨੂੰ ਸੋਫਨ ਆਇਆ ਅੱਜ ਤੜਕੀ 4 ਵਜੇ ਅੱਛਾ ਬੇਬੇ ਹਾਂ ਮੈਂ ਤਾਂ ਉੱਠ ਕੇ ਬੈਠੀ ਜਾਣੀ ਦੀ ਤੇਰੇ ਪੇਕੇ ਸੂਟ ਲਿਆਉਣਗੇ ਹੋਰ ਉਹ ਮੈਂ ਸਮਾ ਕੇ ਪਾਉਂਗੀ ਫੇਰ ਲੱਗੂਗਾ ਬੇਬੇ ਮੇਰੇ ਪੇਕੇ ਦਾ ਬਥੇਰਾ ਕੁਝ ਲਿਆਉਣਗੇ ਪਰ ਬਾਬਾ ਕਹਿੰਦਾ ਲੱਗਣਾ ਨਹੀਂ ਤੇਰੇ ਪੇਕੇ ਦਾ ਤੈਨੂੰ ਕਿਹੜਾ ਪਤਾ ਨਹੀਂ ਬੇਬੇ ਨੜੇ ਸਾਰਿਆਂ ਦੇ ਸੂਟ ਲੱਗਦੇ ਹੁੰਦੇ ਮੰਨਤਾ ਚ ਨਿਊ ਹੀ ਲੱਗਦਾ ਮੁੰਡੇ ਦੇ ਸਹੁਰੇ ਦੀ ਜਾਨ ਉਹ ਕਿਹੜਾ ਕਿ ਨਿਕਲ ਕੇ ਵਜਦਾ ਹੁੰਦਾ ਦੱਸ ਬੇਬੇ ਸਿੱਧਾ ਸਿੱਧਾ ਹੀ ਕਹਿ ਦੇ ਵੀ ਤੈਨੂੰ ਸਵਾਉਣ ਨਹੀਂ ਦੇਣਾ ਵੀ ਮੈਂ ਸਵਾਉਂਗੀ ਨਹੀਂ ਉਹ ਮਾਰੀਆਂ ਨਹੀਂ ਕਰਿਆ ਕਰਦੇ ਮੈਂ ਤੈਨੂੰ ਦੱਸਾਂ ਜਿਹੜੀ ਗੱਲ ਹੁੰਦੀ ਹੈ ਨਾ ਉਹ ਮੰਨ ਲਿਆ ਕਰ ਮੈਂ ਤਾਂ ਮੰਨੂਗੀ ਹੁਣ ਬੇਬੇ ਜਦੋਂ ਤੂੰ ਕਹਿ ਦਿੱਤਾ ਵੀ ਤੂੰ ਨਹੀਂ ਪਾਉਣਾ ਲੈ ਦੱਸ ਤੈਨੂੰ ਸੂਟ ਦੀ ਹੋਈ ਪਈ ਹੈ ਹੈ ਐਂ ਤਾਂ ਕੀ ਕਹਿਣਾ ਵੀ ਹਾਂ ਬੇਬੇ ਤੂੰ ਸੋਹਣਾ ਜਿਹਾ ਸੂਟ ਲਿਆ ਤੂੰ ਸਮਾ ਕੇ ਪਾ ਲਈ ਉਹ ਤੈਨੂੰ ਮੈਂ ਮੈਂ ਚੱਲਣੋਂ ਤੇਰੇ ਨਾਲ ਸ਼ਹਿਰ ਜਿਹੇ ਜੇ ਮਰਜ਼ੀ ਲੈ ਆਈ ਫੇ ਤੈਨੂੰ ਕੀ ਜਦਾਈ ਹੈ ਗੁਰੀ ਨੂੰ ਕਹਿ ਦਾਂਗੇ ਆਪਾਂ ਚੱਲ ਬੜੂਗਾ ਗੁਰੂ ਵੀ ਨਾ ਹੀ ਸੂਟ ਆਉਂਦੇ ਹੈ ਨਾ ਮੈਨੂੰ ਬਹਾਨਾ ਮਿਲ ਜੂਗਾ ਗੁਰੂ ਤਾਂ ਤੈਨੂੰ ਬਿਸ਼ਾਕਾਂ ਦਾ ਦਵਾਈ ਕਿਤੇ ਮੈਂ ਤਾਂ ਬਿਸ਼ਾਕ ਦਵਾਈਆਂ ਗੁਰੂ ਤਾਂ ਐਡਾ ਸੂਮ ਹੈ ਵੀ ਡੇ ਦੀ ਜੂਨੀ ਦਿੰਦਾ ਤੂੰ ਕਿਹਾ ਕਰਨਾ ਉਹਨੂੰ ਬਿਆਹ ਦੀ ਬਹੂ ਨੂੰ ਸੂਟ ਲੈ ਕੇ ਦੇ ਉਹਨੂੰ ਪਤਾ ਹੀ ਨਹੀਂ ਕਿ ਬੀਲਦਾਰੀ ਦਾ ਕਵੀਲਰ ਤਾਂ ਮੇਰੇ ਹੱਥ ਚ ਹੈ ਉਹ ਤੈਨੂੰ ਕਿਥੋਂ ਲਿਆ ਦੂ ਦੂਨ ਕਹਿਣਾ ਬੇਬੇ ਘਰ ਸੰਭਾਲ ਸਰ ਇਹ ਦੂ ਮੰਗਰ ਸੰਭਾਲੂਗਾ ਬਥੇਰੇ ਦਵਾਈ ਕਾਇਤਾ ਕਰ ਲਿਆ ਫੜਾ ਮੈਂ ਕਰ ਲੈਣੀ ਹੈਗੀ ਬੇਬੇ ਆਲੂਆਂ ਚ ਕੀ ਪਾਈਏ ਕੱਲ੍ਹ ਆਲੂ ਬਣਾਵਾਂਗੇ ਕਾ ਨੂੰ ਉਹ ਯਾਰ ਜੁਗਾ ਸਬਜੀ ਵਾਲਾ ਲੈ ਕੇ ਪਾ ਲਾਂਗੇ ਬੇਬੇ ਗੁਰੀ ਕਿੱਥੇ ਆ ਬੇ ਮੈਨੂੰ ਨਹੀਂ ਪਤਾ ਗੁਰੀ ਦਾ ਤੂੰ ਸਾਡੇ ਗੁਰੀ ਜੇ ਮੰਗਰੀ ਫਿਰਦਾ ਰਹਿਣਾ ਕੋਈ ਕੰਮ ਵੀ ਕਰ ਲਿਆ ਕਰ ਉਹ ਕੰਮ ਐ ਤਾਂ ਬੇਬੇ ਕਰਦੀ ਹੁੰਨੇ ਆ ਚੰਗਾ ਪੀੜੀ ਲੈ ਲੈ ਬੈਠ ਜਾ ਦੋ ਮਿੰਟ ਲੈ ਚਰਨਾ ਜੀ ਬੈ ਨਾ ਹੋਰ ਬੇਬੇ ਠੀਕ ਰਹਿਨੀ ਆ ਬਾ ਠੀਕ ਐ ਬੇੜਾ ਹੋ ਗਿਆ ਕੀ ਰੌਲਾ ਇਹ ਵਰਖੇ ਸੁਟ ਸੁਟਾ ਦਾ ਉੱਥੇ ਤਾਂ ਕਵਾਜ਼ ਜਾਰੀ ਸੀਗੇ ਬੇੜਾ ਰੌਲਾ ਕਾਹਦਾ ਮਨ ਤਾਲਾ ਸੁਟ ਲੈਣਾ ਸੀ ਅੱਛਾ ਕਈ ਨਹੀਂ ਮੈਂ ਪਾਉਂਗੀ ਕਿਹੜਾ ਸੂਟ ਲੈ ਮੀਂਹ ਦੀਵਾਲੀ ਨੂੰ ਮੰਨਤ ਆਲਾ ਪਰ ਮੈਂ ਦੱਸਾ ਗੁੜੀਆਂ ਦਾ ਸੂਟ ਹੁੰਦਾ ਉਹ ਗੁੜੀਆਂ ਪਾਉਂਦੀਆਂ ਨਹੀਂ ਇਹਨੇ ਕੀ ਕਰਨਾ ਅੱਛਾ ਵੀ ਫਿਰ ਤੁਸੀਂ ਪਾ ਲਿਓ ਮੈਂ ਤਾਂ ਕਿਹਾ ਮੈਂ ਪਾ ਲੂੰ ਪੱਪ ਬੀਨੂ ਕੋਈ ਹੋਰ ਦਵਾ ਦੋ ਦਵਾ ਦਾਂਗੇ ਸਾਡੀ ਕਿ ਬੀਲਦਾਰੀ ਹਲੇ ਟੈ ਟੈ ਕੋਈ ਦਵਾਇ ਨਹੀਂ ਜਾਂਦਾ ਐਂ ਕਰ ਬਾਬੀ ਤੂੰ ਮੈਨੂੰ ਕਰਾ ਰਿਸਤਾ ਤੇਰੇ ਪਿੰਡੋਂ ਲਿਆ ਕੋਈ ਤੇਰੇ ਵਰਗੀ ਸੋਣੀ ਜਿਹਹੇ ਜੇ ਮਰਜੀ ਸੂਟ ਦੇ ਹੱਥ ਲਾਦੀ ਉਹ ਜਾ ਸੂਟ ਦਵਾ ਕੇ ਲਿਉਂਗਾ ਬੱਸ ਕਰ ਬੇ ਲੱਖੇ ਬੱਸ ਕਰ ਜਿਹੜੇ ਹਿਸਾਬ ਨਾਲ ਤੂੰ ਕੁਵਾਰਾ ਫਿਰਦਾ ਲੱਗਦਾ ਤੂੰ ਛੜਾ ਮਰੇਗਾ ਤੇਰੀ ਵੀ ਮੱਟੀ ਬਣੂਗੀ ਤੈਨੂੰ ਵੀ ਲੋਕ ਪੁੱਜਣਗੇ ਬਾਬੀ ਤੂੰ ਕਿੱਥੋਂ ਬਾਹਰ ਦਾ ਡੋਲੇ ਕੰਮ ਕਰਦਾ ਤੈਨੂੰ ਕੌਣ ਕੁੜੀ ਦੇ ਦਊਗਾ ਉਹ ਕੰਮ ਕਰਨ ਲੱਗ ਜੂਗਾ ਕਦੋਂ ਲੱਗ ਜਾਏਗਾ ਵਿਆਹ ਤੋਂ ਬਾਅਦ ਬੱਸ ਕਰ ਬੇ ਮੈਂ ਤੇਰੇ ਤੈਨੂੰ ਰਿਸ਼ਤਾ ਕਰਾ ਦਾਂ ਕੁੜੀ ਡੋਬ ਦਾ ਬਗਾਨੀ ਤੇ ਲਿਆ ਕੇ ਅਗਲੀ ਮੈਨੂੰ ਗਾਣਾ ਕੱਢੀ ਜਾਊਂਗਾ ਚਲ ਤੂੰ ਦਾ ਭਾਬੀ ਮਖੌਲ ਤੇਰੇ ਇੱਕ ਤਾਂ ਤੈਨੂੰ ਸੂਟ ਦਵਾਰਾ ਚਲ ਮੈਂ ਤਾਂ ਜਾਂਦਾ ਫੇਰ ਆਉਂਗਾ ਗੁਰੀ ਆਏ ਤੇ ਆ ਜੇ ਤੂੰ ਆ ਗਿਆ ਹੋਰ ਚਲ ਚੰਗਾ ਬੇਬੇ ਚੰਗਾ ਸਾਡੇ ਕੌਲੇ ਕਾਸ਼ ਦਾ ਫਰਦਾਨੰਦੇ ਇਹਨੂੰ ਕੋਈ ਕਮੀ ਨਹੀਂ ਹੈਗਾ ਉਹੀ ਤਾਂ ਗੱਲਾਂ ਬੇਬੇ ਐਵੇਂ ਹੀ ਕਰਾ ਦੋ ਰਿਸ਼ਤਾ ਇਹਨੂੰ ਜਿਹੜੀ ਬੇਬੇ ਇਹਦੇ ਘਰੇ ਆ ਗਈ ਰੋਟੀ ਟੋਕਣ ਨੂੰ ਲਿਆ ਕੇ ਸਮੇਸੇ ਰਹੇ ਰੈਸ਼ਨ ਪਣੀ ਲੈ ਅਦਾ ਕਰੂਗਾ ਉਹਨੂੰ ਆਹੋ ਦੇ ਦੂਗਾ ਉਤੋਂ ਇਹਦੀ ਮਾਂ ਚੁਗਲੂਆਂ ਕਰਾ ਲਓ ਸਾਰੇ ਪਿੰਡ ਦੇ ਵਾਂ ਓਕੇ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦੋ ਭਾਲ ਦੀ ਡੋਲੇ ਮੁੰਡੇ ਵਾਸਤੇ ਛਾਲ ਬੇਬੇ ਮੈਂ ਵੀ ਕੋਸ਼ਿਸ਼ ਕਰਦੀ ਆਂ ਹੋਰ ਕੰਡੇ-ਕੁੰਡੇ ਕੱਟਦੀ ਆਂ ਜੀ ਕੱਟ ਲੈਨੇ ਕਿੰਨਾ ਚਾਸੇ ਦਿਵਾਲੀ ਦਾ ਦਿਵਾਲੀ ਵੀ ਆ ਗਈ ਮੈਂ ਦੀਵਾਲੀ ਦੀਵਾਲੀ ਕਰੀ ਜਾਂਦੇ ਸਫਾਈਆਂ ਕਰੋ ਆਹ ਕਰੋ ਨਾਲੇ ਮੈਨੂੰ ਗੁਰੀ ਨੇ ਨਵਾਂ ਸੂਟ ਵੀ ਲੈਤਾ ਬੇਬੇ ਨੂੰ ਦਿਖਾਉਂਗੀ ਬੇਬੇ ਕਹਿੰਦੀ ਸੀ ਤੈਨੂੰ ਕੀ ਲੈ ਕੇ ਦੇ ਦੂ ਉਹ ਦਿਖਾਉਂ ਬੇਬੇ ਦੇਖ ਕਿੰਨਾ ਸੋਹਣਾ ਸੂਟ ਲੈ ਕੇ ਦਿੱਤਾ ਵੈਸੇ ਵੀ ਮੈਂ ਸੋਹਣੀ ਲੱਗਦੀ ਐ ਅੱਜ ਸੋਹਣੀ ਲੱਗਦੀ ਐ ਕੰਮੋ ਬਾਰ-ਬਾਰ ਸ਼ੀਸ਼ਾ ਨਾਲ ਦੇਖ ਹਾਏ ਹਾਏ ਮੈਨੂੰ ਕੀ ਹੋ ਗਾ ਸਾਂ ਘਾਤ ਨਹੀਂ ਆ ਰਿਹਾ ਮੈਨੂੰ ਹੈ ਬੂ ਮੈਂ ਮਰ ਜਾ ਕਿਤੇ ਕੋਈ ਬਾਬੇ ਦੀ ਮੰਨਦਾ ਚ ਫਰਕ ਤਾਂ ਨਹੀਂ ਰਹਿ ਗਿਆ ਗੁਰੀ ਨੂੰ ਬਾਜ ਮਾਰਦੀਆਂ ਇਹ ਗੁਰੀ ਇਹ ਗੁਰੀ ਗੁਰੀ ਇਹ ਗੁਰੀ ਓਰੇ ਇਹ ਗੁਰੀ ਇਹਨੂੰ ਕੀ ਹੋ ਗਿਆ ਹੁਣ ਆ ਬੇਬੇ ਨੂੰ ਹਾਂ ਬੇਬੇ ਬਾਜ ਨਹੀਂ ਆਉਦੀ ਹੈ ਬਾਜ ਕਿਉਂ ਨਹੀਂ ਈ ਗਾਮਿਆ ਬੇਬੇ ਆਜ ਨਹੀਂ ਆਉਦੀ ਮੇਰੀ ਬਾਤ ਇਹਨੂੰ ਲੱਗਦਾ ਬਾਬੇ ਨੇ ਮੇਰੀ ਸੁਣ ਲਈ ਬਾਜ ਨਹੀਂ ਆਉਦੀ ਨੀ ਕਿਸ ਰਬਾ ਕਿ ਤੂੰ ਨੀ ਗਮਾ ਹਾਂਜੀ ਕਿ ਰੋਣਾ ਪਾਈ ਜੰਨੇ ਹੋਵੇ ਨੀ ਰੋਣਾ ਕਾਣੂ ਪਾਉਣਾ ਬੇਬੇ ਨੂੰ ਕੋਸਰਾ ਕਦੀ ਆਇਂ ਜੇ ਕਰੀ ਜਾਂਦੀ ਐ। ਹੋ ਬੇਬੇ ਨੂੰ ਕੁਛ ਨਹੀਂ ਹੋਇਆ ਠੀਕ ਹੈ ਨਾ। ਨਹੀਂ ਲੈ ਕੇ ਜਾਣਾ ਪੂਗਾ ਇਹਨੂੰ ਕਿ ਤੈਨੂੰ ਮੈਂ ਦੱਸ ਗੱਲ। ਕਿਤੇ ਨਹੀਂ ਲੈ ਕੇ ਜਾਣਾ ਮੈਂ ਤਾਂ ਮੇਰੀ ਤਾਂ ਗੱਲ ਸੁਣ ਲਉ ਗੱਲ ਸੁਣੋ ਮੇਰੀ। ਉਹ ਗੱਲ ਸੁਣ ਲਉ ਤੁਸੀਂ ਵੀ ਨਹੀਂ। ਗੱਲ ਕੀ ਹੋ ਗਈ ਗੱਲ ਤਾਂ ਸੁਣ ਲਿਆ ਕਰ। ਤੁਸੀਂ ਮੇਰੀ ਵੀ ਗੱਲ ਸੁਣ ਲਉ ਕਦੋਂ ਦੀ ਮੈਂ ਕਹੀ ਜਾਨੀ ਹੈਗੀ। ਬੇਬੇ ਨੂੰ ਕੁਛ ਨਹੀਂ ਹੋਇਆ ਬੇਬੇ ਠੀਕ ਠਾਕ ਆ। ਪਹਿਲਾਂ ਮੇਰੀ ਗੱਲ ਸੁਣ। ਤੁਸੀਂ ਕਿੰਨੀ ਮਠਿਆਈ ਲੈ ਕੇ ਆਏ ਸੀ ਹਨਾ। ਹਾਂ। ਬੇਬੇ ਕਿੰਨੀ ਤਾਂ ਮਠਿਆਈ ਖਾ ਗਈ ਸਵੇਰ ਤੇ ਅੱਧਾ ਕਿਲੋ ਬਰਫੀ ਖਾ ਗਈ। ਫੇਰ ਆਪਾਂ ਕਿੰਨਾ ਸਮਾਨ ਬਣਾਇਆ ਸੀ ਅੱਜ ਦੀਵਾਲੀ ਕਰਕੇ। ਹ ਬਿੰਦੇ ਬਿੰਦੇ ਬੇਬੇ ਕਦੇ ਖੀ ਖਾਲੀ ਕਦੇ ਕੁਛ ਖਾਲਿਆ ਕਦੇ ਕੁਛ ਖਾਲਿਆ ਉੱਪਰ ਤੱਕ ਦਾ ਬੇਬੇ ਪਰ ਕਿਸਾ ਕਿਥੋਂ ਆਵੇ ਨਹੀਂ ਤਾਂ ਹੀ ਤਾਂ ਐ ਕਰੀ ਜਾਂਦੀ ਆ ਤੁਸੀਂ ਵੀ ਬੇਬੇ ਪਿੱਛੇ ਲੱਗੇ ਬੈਠੇ ਨਹੀਂ ਫਿਰ ਦਵਾਈ ਤਾਂ ਦਵਾਈ ਪੋਣੀ ਪੋ ਨਹੀਂ ਉਹ ਤਾਂ ਆਫਰ ਕੇ ਪੜਾਕਾ ਪੈ ਜੂ ਉਹਦਾ ਉਹਨੂੰ ਕੇ ਅਰੈਸਟ ਕਰ ਲੈ ਠੀਕ ਹੋ ਜੂਗੀ ਨਹੀਂ ਕਾ ਨੂੰ ਤੂੰ ਐ ਕਰ ਮੇਰੀ ਗੱਲ ਸੁਣ ਜੇ ਉਹਰੇ ਪੜਾਕਾ ਪੈ ਗਿਆ ਦਾ ਲੋਕ ਆਪਾਂ ਨੂੰ ਕੀ ਕਹਿਣਗੇ ਕਿਤੇ ਲੈ ਕੇ ਰਿਗੇ ਤੂੰ ਲੱਖੇ ਨੂੰ ਲਿਆ ਪੜਾ ਕੇ ਭੱਜ ਕੇ ਜਾ ਚੱਲ ਮੈਂ ਤਾਈ ਨੂੰ ਵੀ ਲੈ ਆਉਣੀ ਆ ਫਿਰ ਬਲਾਕ ਜਾ ਪੱਜ ਕੇ ਭੱਜ ਕੇ ਜਾ ਬੇਬੇ ਠੀਕ ਆ ਆ ਜਾ ਬੋਲ ਆ ਜਾ ਆਜੋ ਆਜੋ ਬੇਬੇ ਨੂੰ ਪਤਾ ਨਹੀਂ ਕੀ ਹੋਇਆ ਪਿਆੜੀਏ ਕੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਸਾਹ ਨਹੀਂ ਆਉਦਾ ਹੱਥ ਮਾਰੀ ਜਾਂਦੀ ਐ ਕੀ ਗੱਲ ਬੇਬੇ ਬਹੁਤ ਦੁਖ ਤਾਂ ਨਹੀਂ ਆ ਰਿਹਾ ਦੁਖਦਾ ਤਾਂ ਕੁਝ ਹੋਊਗਾ ਹਾਂ ਜੀ ਬਾਹਰ ਰੋ ਕਰੇ ਫਿਰ ਭਾਈ ਦਵਾਈ ਦਵਾ ਲਿਆ ਫਿਰ ਚੱਕ ਲਈਆ ਚੱਕ ਲਿਆ ਹੁਣ ਫੇਰੇ ਇੱਥੇ ਖੜਾ ਕੀ ਕਰਦਾ ਕੋਈ ਸਾਹ ਨੂੰ ਰੁਕੇ ਅਟੈਕ ਹੋ ਗਿਆ ਚੱਲ ਬੇਬੇ ਖੜੀ ਹੋ ਤੈਨੂੰ ਦਵਾਈ ਦਵਾ ਕੇ ਲਈਏ ਮੈਨੂੰ ਨਹੀਂ ਜਾਂਦੀ ਸਾਹ ਨਹੀਂ ਆਉਂਦਾ ਓ ਜਾਣਾ ਦਾ ਪਊਗਾ ਭੀ ਠੀਕ ਕਿਵੇਂ ਹੋਏਗੀ ਨਹੀਂ ਡਾਕਟਰ ਤੇ ਜਾਂਦੀ ਕੋਈ ਢਿੱਡ ਦੇ ਮਾਸਕ ਵਾਲੀ ਲਿਆ ਦੇ ਨੀ ਬੇਬੇ ਖਾਣ ਵਾਲੀ ਦੀ ਵਈ ਨਾ ਠੀਕ ਹੋਏਂਗੀ ਤੂੰ ਤੂੰ ਘੜਾ ਮਾਇਸਾਂ ਵੀ ਤੇਰਾ ਢਿੱਡ ਦੇ ਦਵਾਈ ਲਾ ਕੇ ਠੀਕ ਹੋ ਜਾਏਂਗੀ ਤੂੰ ਬੇਬੇ ਸੁਣ ਲਾ ਚੱਲ ਜਾ ਨੀ ਪੈਣੇ ਕੜੀ ਹੋ ਜਾ ਤੂੰ ਸਿਆਣੀ ਬਿਆਣੀ ਆ ਤੂੰ ਪਹਿਲਾਂ ਡੰਗਰ ਪਸਵਾਉਣੀਆਂ ਦਵਾਈਆਂ ਖਾਵੇਂਗੀ 60 ਸਾਲ ਦੀ ਹੋ ਰਹੀ ਤੈਨੂੰ ਪਤਾ ਹੀ ਨਹੀਂ ਲੱਗਦਾ ਵੀ ਡੰਗਰ ਪਸਵਾਉਣੀ ਦਵਾਈ ਨਾਲ ਖੜੀ ਹੋ ਮੁੰਡਾ ਤੇ ਬਹੂ ਹਾੜੇ ਕੱਢੀ ਜਾਂਦੇ ਨੇ ਓ ਫੇਰ ਵੀ ਉਹ ਤੈਨੂੰ ਚੱਕਣ ਕੇ ਚਾਰ ਜਣੇ ਬੇ ਮੁੰਡਿਆ ਮੇਰਾ ਗੋਡਾ ਦੁਖਦਾ ਤੂੰ ਇੱਧਰ ਦੀ ਆ ਭਾਈ ਮੇਰੀ ਗੱਲ ਸੁਣੋ ਬੇਬੇ ਨੂੰ ਲੈ ਕੇ ਕਾਤੇ ਜਾਓਗੇ ਨਹੀਂ ਗੱਡੀ ਪੁੱਛ ਲਾਂਗੇ ਸਿੱਧੀ ਨਹੀਂ ਆ ਕਰਾਂਗੇ ਰੇੜੇ ਚ ਲੈ ਜਾਾਂਗੇ ਸੀ ਰੇੜੇ ਚ ਇਹਨੂੰ ਤਾਂ ਚੱਲ ਜਾਓ ਇਹ ਤਾਂ ਲੈ ਕੇ ਜਾਵਾਂਗੇ ਮੁੰਡੇ ਸਮਾਰ ਕੇ ਪਾਲਣਾ ਭਾਈ ਮੇਰਾ ਗੋਡਾ ਦੁਖਦਾ ਹਾਏ ਮੇਰਾ ਰੱਬਾ ਲੋਕ ਘਰੇ ਦਿਵਾਲੀਆਂ ਮਨਾਉਂਦੇ ਆ ਇੱਥੇ ਲੈ ਕੇ ਤੁਰੇ ਫਿਰ ਹਸਪੀਟਲਾਂ ਚ ਮੇਰੀ ਬੇਬੇ ਵੀ ਨਾ ਜਮਾ ਨਹੀਂ ਸੋਚਦੀ ਵੀ ਸਾਬ ਨਾ ਖਾ ਪੀ ਲਾਂ ਕੀ ਦਸੀ ਇਹ ਲੋਕਾਂ ਨੂੰ ਮਨਾ ਲਓ ਦਿਵਾਲੀਆਂ ਬੈਠੇ ਰਹੋ ਇੱਥੇ ਇਕੱਲੇ ਲਾ ਬੇਬੇ ਹੁਣ ਤਾਂ ਤੂੰ ਠੀਕ ਐ ਵੇ ਹੁਣ ਤਾਂ ਠੀਕ ਹੁਣ ਤਾਂ ਸਾਹ ਵਧੀਆ ਰਿਹਾ ਠੀਕ ਹੈ ਬੇਬੇ ਹਾਂ ਹੁਣ ਤਾਂ ਠੀਕ ਹੈ ਸ਼ੁਕਰਾਂ ਸ਼ੁਕਰਾਂ ਬੈ ਜਾ ਆਏ ਆਹ ਓਹੋ ਬੇ ਬੁੱਤਾ ਮੈਂ ਤਾਂ ਮਾਸਾ ਠੀਕ ਹੋਈਆਂ ਗੁੜੀ ਹੁਣ ਨੀਵਾ ਆ ਬੜਾ ਸਬੜਾ ਖਾਂਦੀ ਔਰ ਬੇਬੇ ਤੈਨੂੰ ਡਾਕਟਰ ਨੇ ਕਿਹਾ ਕਹਿੰਦਾ ਬਾਲਾ ਪੁੱਠਸ ਦਾ ਸਮਾਂ ਜਨਾ ਖਾਈ ਪਹਿਲਾਂ ਦੇਖ ਲੈ ਤੂੰ ਆ ਹੋਰੇ ਗੋਜਾ ਖਾਈਗੀ ਤਾਂ ਕਰਕੇ ਭੜਾਕੀ ਪੈ ਗਈ ਤੇਰਾ ਬਚ ਗਿਆ ਹੋਰ ਲੈ ਕਰ ਹੁਣ ਇਹ ਤਾਂ ਬੇਬੇ ਦਾ ਹੋ ਗਈ ਠੀਕ ਹੋਣਾ ਹਾਂ ਜੀ ਹੈ ਹਾਂ ਚਾਹ ਦੀ ਗੁੱਟ ਬਣਾ ਦੇ ਸਾਰਾਂ ਵਾਸਤੇ ਚਲ ਮੈਂ ਚਾਹ ਬਣਾ ਲੈਣੀ ਆ ਆਹੋ ਗੱਲ ਸੁਣ ਮੇਰੀ ਦੀਵਾਲੀ ਦੀ ਬਚੀ ਹੋਈ ਮਠਿਆਈ ਪਈ ਐ